ਸਰਦੋਸਤ ਦਰੂ ਸ਼੍ਰੀ ਪੜੋ ਬਿਸਮਿਲਲਾਹ ਸੁਨਾ ਤਾ ਸੁਨਾਮ ਨਹਮਦ ਹੋ ਅਨਸੱਲੀ ਅਲਾ ਰਸੂਲ ਹਿਲ ਕਰੇ أما بعد فأعوذ بالله من الشيطان الرجيم بسم الله الرحمن الرحيم فاذكروني أذكركم واشكروا لي ولا تكفروا آمنت بالله صدق الله العلي العظيم وصدق رسوله النبي الكريم ونحن على ذلك من الشاهدين والشاكرين والحمد لله رب العالمين ਹਰ ਦਮ ਖੁਦਾ ਨੂੰ ਯਾਦ ਕਰ ਐਵੇਂ ਉਮਰ ਨਾ ਆਪਣੀ ਬਰਬਾਦ ਕਰ ਮਰਨ ਤੋਂ ਪਹਿਲਾਂ ਇਹ ਜਿੰਦ ਆਜ਼ਾਦ ਕਰ ਗੱਲ ਸੁਣ ਮੇਰੀ ਹੈ ਬੇਖਬਰ ਨਾ ਵੇਖ ਪਰਾਈਆਂ ਚੋਪੜੀਆਂ ਤੇ ਨਾ ਤਰਸਾ ਜੀ ਜਦੋਂ ਤੂੰ ਅੱਖੀਆਂ ਮੀਟ ਗਿਆ ਦੱਸ ਬੰਦਿਆ ਤੇਰਾ ਕੀ ਹਰ ਚੀਜ਼ ਕਦਰ ਉਦੋਂ ਪਾਉਂਦੀ ਏ ਜਦੋਂ ਨਿਕਲ ਹੱਥਾਂ ਵਿੱਚੋਂ ਜਾਂਦੀ ਏ ਤੇਰੀ ਉਮਰ ਵੀ ਉਹ ਘਟਦੀ ਜਾਂਦੀ ਏ ਨੇਕੀ ਕਮਾਇਆ ਅੱਜ ਵਕਤ ਹੀ ਪਾ ਕੇ ਉਹ ਜ਼ਾਤ ਜਿਸ ਨੇ ਬਗੈਰ ਥੰਮਾਂ ਦੇ ਆਸਮਾਨ ਨੂੰ ਛੱਤ ਬਣਾਇਆ ਪਾ ਕੇ ਉਹ ਜ਼ਾਤ ਜਿਸ ਪਾਣੀ ਦੇ ਉੱਤੇ ਮਿੱਟੀ ਦਾ ਵਿਛਾਉਣਾ ਵਿਛਾਇਆ ਬਜ਼ੁਰਗ ਫਰਮਾਉਂਦੇ ਨੇ ਉਤਨਾ ਖਾਓ ਜਿਤਨਾ ਹਜ਼ਮ ਹੋ ਜਾਵੇ ਉਤਨਾ ਪੜ੍ਹੋ ਜਿਸ ਪਰ ਅਮਲ ਹੋ ਜਾਵੇ ਉਤਨਾ ਸੁਣਾਓ ਜਿਤਨਾ ਕੋਈ ਸ਼ੌਕ ਸੇ ਸੁਣੇ ਜ਼ਰੂਰੀ ਨਹੀਂ ਕਿ ਹਰ ਬੰਦੇ ਬੁੱਢਿਆਂ ਹੋ ਕੇ ਮਰਨਾ ਜ਼ਰੂਰੀ ਨਹੀਂ ਕਿ ਹਰ ਬੰਦੇ ਬਿਮਾਰ ਹੋ ਕੇ ਮਰਨਾ ਇੱਕ ਵਕਤ ਮੁਕਰਰ ਹੈ ਉਹ ਕਿਤਨਾ ਹੈ ਆਤੇ ਹੋਏ ਅਜ਼ਾਂ ਹੋਈ ਜਾਤੇ ਹੋਏ ਨਮਾਜ਼ ਇਤਨੇ ਕਲੀਲ ਵਕਤ ਮੇਂ ਆਏ ਵੀ ਔਰ ਚਲੇ ਗਏ ਜਦੋਂ ਦੋਸਤੋ ਅਜ਼ਾਨ ਵੀ ਹੋ ਜਾਵੇ ਅਤੇ ਤਕਬੀਰ ਵੀ ਹੋ ਜਾਵੇ ਫਿਰ ਜਮਾਤ ਵਿੱਚ ਕਿਤਨਾ ਕੁ ਟਾਈਮ ਹੁੰਦਾ ਸਾਡੇ ਸਾਰਿਆਂ ਦੇ ਕੰਨ 'ਚ ਅਜ਼ਾਨ ਵੀ ਹੋ ਗਈ ਹੋਈ ਤਕਬੀਰ ਵੀ ਹੋ ਗਈ ਹੋ ਸਕਦਾ 17 ਸਦੀਆਂ ਆਉਂਦੀਆਂ ਪਈਆਂ ਹੋਣ ਮੁਸਲਮਾਨ ਮਰਦ ਹੈ ਜਾਂ ਔਰਤ ਹੈ ਕੰਨ 'ਚ ਅਜ਼ਾਨ ਹੋ ਗਈ ਹੈ ਤਕਬੀਰ ਵੀ ਹੋ ਗਈ ਹੁਣ ਤਾਂ ਇੱਕ ਦਿਨ ਐਲਾਨ ਹੋ ਜਾਵੇਗਾ ਫਲਾਣੇ ਬੰਦੇ ਦਾ ਜਨਾਜ਼ਾ ਤਿਆਰ ਹੈ ਫਿਰ ਲੋਕ ਇਕੱਠੇ ਹੋਣਗੇ ਇੱਕ ਗੱਲ ਅੱਗੇ ਹੋਰ ਵੀ ਹੁੰਦੀ ਹੁੰਦੀ ਹੈ ਉਹ ਹੁਣ ਜਾਂ ਯਾਦ ਨਹੀਂ ਰਹਿੰਦੀ ਅਤੇ ਜਾਂ ਕਰਦੇ ਨੇ ਮੌਲਵੀ ਪੁੱਛਦਾ ਹੁੰਦਾ ਵੀ ਇਹਦਾ ਕਿਸੇ ਲੈਣ ਦੇਣ ਹੈ ਕਿਸੇ ਨਾਲ ਅਤੇ ਉਹ ਇਹਦੇ ਘਰ ਦੇ ਹਾਜ਼ਰ ਨੇ ਉਹ ਉਹਨਾਂ ਨੂੰ ਦੱਸੋ ਆਪਣਾ ਲੈ ਲਓ ਕਿਉਂਕਿ ਇੱਕ ਸੁਹਾਬੀ ਨੇ ਕਰਜ਼ਾ ਦੇਣਾ ਸੀ ਜਦੋਂ ਮੇਰੇ ਆਕਾ ਨੂੰ ਅਰਜ਼ ਕੀਤੀ ਗਈ ਯਾ ਰਸੂਲ ਅੱਲਾ ਇਹਦਾ ਜਨਾਜ਼ਾ ਪੜਾਓ ਆਪ ਨੇ ਫਰਮਾਇਆ ਮੈਂ ਇਹਦਾ ਜਨਾਜ਼ਾ ਨਹੀਂ ਪੜਾਉਣਾ
ਜਿੱਤਣ 'ਤੇ ਇਹ ਕਰਜ਼ਾ ਅਦਾ ਨਾ ਕਰੇ। ਉਸ ਤੋਂ ਨਹੀਂ ਕਰਨਾ, ਇਹਦੇ ਘਰ ਦੇ ਕਰ ਦੇਣ ਜਾਂ ਰਲ ਕੇ ਤੁਸੀਂ ਕਰ ਦਿਓ। ਉਦੋਂ ਤੀਕਰ ਹਜ਼ੂਰ ਨੇ ਜਨਾਜ਼ਾ ਨਹੀਂ ਪੜਾਇਆ ਜਦੋਂ ਤੀਕਰ ਉਹਦਾ ਕਰਜ਼ਾ ਅਦਾ ਨਹੀਂ ਹੋ ਗਿਆ। ਅਸੀਂ ਆ ਜਾਂਦੇ ਹਾਂ ਬਈ ਉਹ ਥਾਣਾ ਪੇ ਆਕੜ ਜਾਂਦਾ ਜਦੋਂ ਕਬਰਾਂ ਦੇ ਵਿੱਚ ਜਾਸੇ ਤੋਂ ਪਿਆ ਰੋਸੇ ਅਤੇ ਗਮ ਖਾਸੇ ਤੋਂ ਇਹਨਾਂ ਵੇਲਿਆਂ 'ਤੇ ਪਛਤਾਸੇ ਤੋਂ ਨੇਕੀ ਕਮਾ ਅੱਜ ਵਕਤ। ਜਿਸ ਵਕਤ ਬੰਦਾ ਮਰਦਾ ਹੈ ਨਾ, ਸਾਰੇ ਪਿੰਡ ਦੀਆਂ ਔਰਤਾਂ ਰੋਂਦੀਆਂ ਨੇ, ਪਰ ਜਿਹੜਾ ਸੋਲ ਉਹਦੇ ਧੀ ਦੇ ਰੋਮਣੇ 'ਚ ਹੁੰਦਾ ਨਾ ਜਾਂ ਉਹਦੀ ਮਾਂ ਦੇ ਰੋਮਣੇ 'ਚ ਹੁੰਦਾ, ਉਹ ਆਮ ਔਰਤਾਂ ਦੇ ਰੋਵਣ 'ਚ ਨਹੀਂ ਹੁੰਦਾ। ਇੰਝ ਹੀ ਮੁੱਲਾ ਕੀ ਅਜ਼ਾ ਔਰ ਹੈ, ਮੁਜਾਹਿਦ ਕੀ ਅਜ਼ਾ ਔਰ ਹੈ। ਮੌਲਵੀ ਵੀ ਤਕਰੀਰ ਕਰਦੇ ਨੇ, ਅੱਲਾਹ ਵਾਲੇ ਵੀ ਤਕਰੀਰ ਕਰਦੇ ਨੇ, ਫਰਕ ਇਹ ਹੁੰਦਾ ਹੈ ਉਹ ਜ਼ਬਾਨ ਨਾਲ ਕਰਦੇ ਨੇ, ਅੱਲਾਹ ਦੇ ਬੰਦੇ ਦਿਲ ਨਾਲ ਕਰਦੇ ਨੇ। ਜ਼ਬਾਨ ਤਾਂ ਨੌਕਰ ਹੈ, ਬੂਹੇ ਦੇ ਅੱਗੇ ਨੌਕਰ ਖਲੋਂਦੇ ਹੁੰਦੇ ਨੇ, ਮਾਲਕ ਨਹੀਂ ਖਲੋਂਦਾ। ਨੌਕਰ ਹੈ ਜ਼ਬਾਨ, ਅਤੇ ਨੌਕਰ ਦੀ ਗੱਲ ਬਾਦਸ਼ਾਹ ਤਾਂ ਨਹੀਂ ਮੰਨਦਾ। ਸਾਡੇ ਸਾਰਿਆਂ ਦੇ ਦਿਲ ਬਾਦਸ਼ਾਹ, ਦਿਲਾਂ 'ਤੇ ਅਸਰ ਜ਼ਬਾਨ ਦੀ ਤਕਰੀਰ ਨਹੀਂ ਕਰਦੇ। ਨਾਰਾਬਾਜ਼ੀ ਹੋਵੇਗੀ, ਬੱਲੇ ਬੱਲੇ ਹੋਵੇਗੀ, ਲੇਕਿਨ ਇੱਕ ਬੇਨਿਮਾਜ਼ੀ ਨਿਮਾਜ਼ੀ ਨਹੀਂ ਬਣਾ ਸਕਦੇ। ਕਿਸੇ ਦਾੜੀ ਮੁੰਨੇ ਨੂੰ ਦਾੜੀ ਨਹੀਂ ਰਖਾ ਸਕਦੇ, ਕਿਸੇ ਬੇਨਿਮਾਜ਼ੀ ਨੂੰ ਨਿਮਾਜ਼ੀ ਨਹੀਂ ਬਣਾ ਸਕਦੇ। ਜਿਤਨਾ ਵੀ ਜ਼ੋਰ ਲਾ ਲਓ, ਉਹਦੇ 'ਚ ਇਹ ਤਾਕਤ ਨਹੀਂ। ਬੀਨ ਕੋਲੋਂ ਕਿਸੇ ਨੇ ਪੁੱਛਿਆ, ਬੈਂਸਰੀ ਕੋਲੋਂ ਕਿਸੇ ਨੇ ਪੁੱਛਿਆ, ਤੁਹਾਡੀ ਆਵਾਜ਼ 'ਚ ਸੋਜ਼ ਬਹੁਤ ਹੈ, ਕੀ ਵਜ੍ਹਾ? ਉਹਨਾਂ ਦੱਸਿਆ, ਇੱਕ ਜੁਦਾਈ ਹੈ, ਦੂਸਰਾ ਦਰਦ। ਜੁਦਾਈ ਦਰਖਤ ਨਾਲੋਂ ਜਾਂ ਵੇਲ ਨਾਲੋਂ ਮੈਂ ਜੁਦਾ ਹੋਈ। ਇਹ ਮੈਨੂੰ ਸੁਰਾਖ ਜਿਹੜੇ ਕੱਢੇ ਗਏ ਇਹਨਾਂ ਦੀ ਦਰਦ ਹੁੰਦੀ। ਅਤੇ ਜੁਦਾਈ ਅਤੇ ਦਰਦ ਨਾਲ ਕੋਈ ਬੋਲੇ ਉਹਦਾ ਅਸਰ ਹੁੰਦਾ। ਮੌਲਵੀ ਆਲਮ ਇੱਥੋਂ ਪੜ੍ਹਿਆ, ਇੱਥੇ ਉਸਤਾਦ ਲੱਗ ਗਿਆ। ਬਜ਼ੁਰਗ ਕਿੱਥੇ ਪੜ੍ਹਦੇ ਨੇ? ਜਿਵੇਂ ਬੱਦਲ ਕਿੱਥੋਂ ਪਾਣੀ ਪੀਂਦਾ ਹੈ? ਸਮੁੰਦਰ ਤੋਂ ਪਾਣੀ ਪੀਂਦਾ ਹੈ, ਅਤੇ ਵਸਦਾ ਕਿੱਥੇ ਜਾ ਕੇ? ਇਸੇ ਤਰ੍ਹਾਂ ਔਲੀਆ ਕਰਾਮ, ਕੋਈ ਅਫਗਾਨਿਸਤਾਨ 'ਚੋਂ ਆਇਆ, ਕੋਈ ਬਲਖ 'ਚੋਂ ਆਇਆ, ਉੱਥੋਂ ਆਪਣਾ ਦਰਦ ਲੈ ਕੇ ਆਏ, ਹਜ਼ੂਰ ਦੀ ਉਮਤ ਨੂੰ ਉਹਨਾਂ ਸਹੀ ਕੀਤਾ। ਸਰਕਾਰ ਮਦੀਨਾ ਸਾਡੇ ਇਲਾਕੇ 'ਚ ਆਏ ਨੇ, ਔਲੀਆ ਕਰਾਮ ਆਏ, ਨਾ ਮਕਤਬ ਸੇ ਨਾ ਕਾਲਜ ਕੇ ਦਰ ਸੇ ਪੈਦਾ, ਦੀਨ ਹੋਤਾ ਹੈ ਵਲੀਓ ਕੀ ਨਜ਼ਰ ਸੇ ਪੈਦਾ। ਉਹਨਾਂ ਦੀ ਤਵੱਜੋ ਨਾਲ ਦੀਨ ਫੈਲਦਾ, ਗੁਨਾਹ ਛੁੱਟਦੇ। ਇਮਾਮ ਗਜ਼ਾਲੀ ਰਹਿਮਤੁੱਲਾਹ ਅਲੈਹ ਫਰਮਾਉਂਦੇ ਨੇ, ਜੇ ਤੂੰ ਨੇਕੀ ਨਹੀਂ ਕਰ ਸਕਦਾ ਤਾਂ ਨਾ ਕਰ, ਕੰਮ ਅਜ਼ ਕੰਮ ਗੁਨਾਹ ਤਾਂ ਨਾ ਕਰ। ਤਹੱਜਦ ਪੜ੍ਹਨੀ ਸੌਖਾ ਕੰਮ, ਦਾੜੀ ਰੱਖ ਲੈਣੀ ਸੌਖਾ ਕੰਮ, ਹਜ ਕਰ ਲੈਣਾ ਸੌਖਾ ਕੰਮ, ਗੁਨਾਹ ਤੋਂ ਬਚਣਾ ਇਹ ਮੁਸ਼ਕਲ ਕੰਮ। ਆਲਮ ਬਣ ਗਿਆ, ਮਸੀਤੇ ਖੜੋ ਕੇ ਵੀ ਗਾਲਾਂ ਕੱਢਦਾ ਰਿਹਾ। ਗਾਲ ਕੱਢਣੀ ਸਵਾਬ ਹੈ ਗੁਨਾਹ, ਫਿਰ ਮਸੀਤੇ ਖੜੋ ਕੇ ਹੁੰਦਾ ਗਾ ਅਸਰ ਕੀ ਹੋ ਗਿਆ? ਬਜ਼ੁਰਗ ਫਰਮਾਉਂਦੇ ਨੇ, ਇੱਕ ਬਾਂਡੇ ਵਿੱਚ ਗੰਦਗੀ ਹੈ, ਉਹਦੇ ਵਿੱਚ ਤੁਸੀਂ ਦੁੱਧ ਪਾਉਂਦੇ ਪਿਓ,
ਗੰਦਗੀ ਪਾਕ ਹੋ ਜਾਵੇ, ਉਹ ਦੁੱਧ ਹੀ ਪਲੀਤ ਹੋਣਾ, ਗੰਦਗੀ ਪਾਕ ਨਹੀਂ ਹੁੰਦੀ। ਅਤੇ ਜੇ ਉਹ ਦੁੱਧ ਖਰਾਬ ਹੋ ਗਿਆ ਗੰਦਗੀ ਨਾਲ, ਜਿਹੜਾ ਉਹਨੂੰ ਪੀਵੇਗਾ ਉਹ ਬਿਮਾਰ ਹੋ ਜਾਵੇ। ਇਹਨਾਂ ਮੌਲਵੀ ਆਲਮਾਂ ਦੀ ਤਕਰੀਰ ਕਿਸੇ ਨੂੰ ਫਾਇਦਾ ਤਾਂ ਨਹੀਂ ਦੇ ਸਕਦੀ, ਉਲਟਾ ਨੁਕਸਾਨ ਕਰਦੀ। ਬਜ਼ੁਰਗ ਫਰਮਾਉਂਦੇ ਨੇ ਮੌਲਵੀ ਉਹ ਚੰਗੇ ਨੇ ਜਿਹੜੇ ਬਜ਼ੁਰਗਾਂ ਦੇ ਲੜ ਲੱਗ ਗਏ, ਦੂਰ ਗਸ਼ਤੀ ਅਜ਼ ਹਜ਼ੂਰੇ ਔਲੀਆ, ਦਰ ਹਕੀਕਤ ਦੂਰ ਗਸ਼ਤੀ ਅਜ਼ ਖੁਦਾ, ਜਿਹੜਾ ਖੁਦਾ ਦਿਆਂ ਵਲੀਆਂ ਕੋਲੋਂ ਦੂਰ ਰਹਿੰਦਾ ਉਹ ਹਕੀਕਤ ਵਿੱਚ ਖੁਦਾ ਕੋਲੋਂ ਦੂਰ ਰਹਿੰਦਾ। ਵਲੀ ਦੀ ਨਿਸ਼ਾਨੀ ਕੀ? ਨਬੀ ਨੂੰ ਪਛਾਣਨਾ ਆਸਾਨ ਹੁੰਦਾ, ਵਲੀ ਨੂੰ ਪਛਾਣਨਾ ਮੁਸ਼ਕਲ ਹੁੰਦਾ। ਨਬੀ ਐਲਾਨ ਕਰ ਦਿੰਦਾ ਮੈਂ ਨਬੀ, ਵਲੀ ਕਦੇ ਵੀ ਨਹੀਂ ਆਖਦਾ ਮੈਂ ਵਲੀ। ਉਹਨਾਂ ਨੂੰ ਪਛਾਣਨਾ ਪੈਂਦਾ। ਵਲੀ ਦੀ ਪਛਾਣ ਕੀ ਹੈ? ਜ਼ਾਤਾਂ ਨਾਲ ਨਹੀਂ ਹੁੰਦੀ, ਇਲਮ ਨਾਲ ਨਹੀਂ ਹੁੰਦੀ ਕਿ ਮੈਂ ਬੜਾ ਵੱਡਾ ਆਲਮ। ਹਜ਼ਰਤ ਸੁਲਤਾਨ ਬਾਬਾ ਫਰਮਾਉਂਦੇ ਨੇ ਜੀਮ ਜੇਕਰ ਦੀਨ ਇਲਮ ਵਿੱਚ ਹੁੰਦਾ ਸਰ ਨੇਜ਼ੇ ਕਿਉਂ ਚੜ੍ਹਦੇ? ਜੇਕਰ ਮੰਨਦੇ ਬੈਤ ਰਸੂਲੀ, ਬੈਤ ਤੋਂ ਨਾ ਕੀਤੀ ਆਈ ਇਮਾਮ ਮੁਸਲਿਮ ਕਾਮਲ ਪੀਰ ਦੀ ਬੈਤ, ਨਬੀ ਪਾਕ ਦੀ ਬੈਤ ਹੁੰਦੀ। ਹਜ਼ਰਤ ਸੁਲਤਾਨ ਬਾਬਾ ਫਰਮਾਉਂਦੇ ਨੇ ਜੇਕਰ ਮੰਨਦੇ ਬੈਤ ਰਸੂਲੀ ਪਾਣੀ ਬੰਦ ਕਿਉਂ ਕਰਦੇ? ਫਿਰ ਉਹ ਅਹਿਲੇ ਬੈਤ ਦਾ ਪਾਣੀ ਤਾਂ ਨਾ ਬੰਦ ਕਰਦੇ। ਇਮਾਮ ਗਜ਼ਾਲੀ ਰਹਿਮਤੁੱਲਾਹ ਅਲੈਹ ਫਰਮਾਉਂਦੇ ਨੇ ਮਨ ਲਾ ਸ਼ੈਖਾ ਫਸ਼ੈਖਾ ਹੋ ਸ਼ੈਤਾਨ, ਜਿਸ ਕਾ ਕੋਈ ਪੀਰ ਨਹੀਂ ਉਸ ਕਾ ਪੀਰ ਸ਼ੈਤਾਨ ਹੈ। ਪੀਰ ਕੀ ਹੋ ਜਾਓ? ਖਲਾਫੇ ਪੈਗੰਬਰ ਕਸੇਰਾ ਗੁਜ਼ੀਦ, ਕਿ ਹਰ ਗਜ਼ਬ ਮਨਜ਼ਲ ਨਾ ਖਾਹਦ ਰਸੀਦ, ਜਿਹੜਾ ਨਬੀ ਕਰੀਮ ਦੇ ਤਰੀਕੇ ਤੋਂ ਬਾਹਰ ਉਹ ਕਦੇ ਵੀ ਮੰਜ਼ਲ ਮਕਸੂਦ 'ਤੇ ਨਹੀਂ ਪਹੁੰਚ ਸਕਦਾ। ਬਾਸ਼ਰਾ ਹੋਵੇ ਬੇਤਮਾ ਹੋਵੇ ਉਹਨੂੰ ਕਿਸੇ ਬਜ਼ੁਰਗ ਦੀ ਖਿਲਾਫਤ ਹੋਵੇ, ਅਸੀਂ ਆਨੇ ਫਲਾਣੇ ਪੀਰ ਦਾ ਪੁੱਤਰ, ਨੂਹ ਅਲੈਹਿ ਸਲਾਮ ਦਾ ਪੁੱਤਰ ਤਾਂ ਕਾਫਰ ਹੋ ਕੇ ਮਰ ਗਿਆ, ਉਹ ਅੱਲਾਹ ਦਾ ਨਬੀ ਆ। ਅਬੂ ਜਾਲ ਦਾ ਪੁੱਤਰ ਹਜ਼ੂਰ ਦਾ ਸੁਹਾਬੀ ਹੋ ਕੇ ਮਰਿਆ, ਇਹ ਸੋਭਤ ਨਾਲ ਗੱਲ ਬਣਦੀ। ਚੰਗਿਆਂ ਦੇ ਸੰਗ ਰਲਿਆਂ ਮੇਰੇ ਝੋਲੀ ਫੁੱਲ ਪਏ, ਬੁਰਿਆਂ ਦੇ ਸੰਗ ਰਲਿਆਂ ਮੇਰੇ ਅਗਲੇ ਵੀ ਰੁੜ ਗਏ। ਇਹ ਇਨਸਾਨ ਜੇ ਤੂੰ ਚੰਗਾ ਬਣਨਾ ਚਾਹੁੰਦਾ ਤਾਂ ਚੰਗਿਆਂ ਲੋਕਾਂ ਕੋਲ ਬੈਠਾ ਕਰ, ਜੇ ਤੂੰ ਗੁਨਾਹ ਛੱਡਣੇ ਨੇ ਉਹਨਾਂ ਲੋਕਾਂ ਕੋਲ ਬੈਠਾ ਕਰ ਜਿਹਨਾਂ ਗੁਨਾਹ ਛੱਡੇ ਹੋਏ ਨੇ। ਉਹਨਾਂ ਦੀ ਨਿਸ਼ਾਨੀ ਕੀ? ਮੈਂ ਕੋਈ ਨਹੀਂ ਗੁਨਾਹ ਕਰਦਾ, ਮੈਂ ਤਾਂ ਗੁਨਾਹ ਕੋਈ ਨਹੀਂ ਕਰਦਾ। ਉਹਦੀ ਨਿਸ਼ਾਨੀ ਇਹ ਹੈ ਜਿਹੜੇ ਮੇਰੇ ਮੁਤਲਕੀਨ ਨੇ, ਮੇਰੇ ਕੋਲ ਆਉਂਦੇ ਜਾਂਦੇ ਨੇ, ਜ਼ਿਆਦਾ ਆਉਣ ਜਾਣ ਵਾਲੇ ਦੀ ਹਾਲਤ ਵੇਖੋ। ਅਗਰ ਉਹ ਸ਼ਰੀਅਤ ਦੇ ਪਾਬੰਦ ਨੇ ਤਾਂ ਇਹ ਪੀਰ ਕਾਮਲ ਹੈ, ਜ਼ਾਤ ਦਾ ਮਸਲਾ ਨਹੀਂ ਹੁੰਦਾ, ਇਲਮ ਦਾ ਮਸਲਾ ਨਹੀਂ ਹੁੰਦਾ। ਚਿੱਟਿਆਂ ਵਾਲਾਂ ਨਾਲ ਬਜ਼ੁਰਗੀ ਨਹੀਂ ਮਿਲਦੀ, ਚਿੱਟੇ ਦਿਲ ਨਾਲ ਬਜ਼ੁਰਗੀ ਮਿਲਦੀ। ਜਦੋਂ ਤੇਰਾ ਦਿਲ ਚਿੱਟਾ ਹੋ ਜਾਵੇਗਾ ਤੂੰ ਬਜ਼ੁਰਗ ਬਣ ਜਾਵੇਗਾ। ਗੰਦੇ ਬਾਂਡੇ ਵਿੱਚ ਤਾਂ ਔਰਤਾਂ ਦੁੱਧ ਨਹੀਂ ਵਧਾਉਂਦੀਆਂ, ਗੰਦੀ ਜਗ੍ਹਾ 'ਤੇ ਅਸੀਂ ਵੀ ਨਹੀਂ ਬਣਦੇ। ਗੰਦੇ ਦਿਲ ਵਿੱਚ ਖੁਦਾ ਦੀ ਜ਼ਾਤ ਕਿਵੇਂ ਬੈਠਣਗੇ? ਬਜ਼ੁਰਗ ਫਰਮਾਉਂਦੇ ਨੇ ਜੇ ਟੈਂਕੀ 'ਚ ਪਾਣੀ ਸਾਫ਼ ਹੋਵੇ, ਟੂਟੀ ਜਿਹੜੀ ਵੀ ਖੋਲੋਗੇ ਪਾਣੀ ਸਾਫ਼ ਆਵੇ। ਜੇ ਟੈਂਕੀ 'ਚ ਪਾਣੀ ਗੰਦਾ ਹੈ, ਟੂਟੀਆਂ ਸੋਨੇ ਦੀਆਂ ਲਾਉਂਦੇ ਰਹੋ, ਪਾਣੀ ਸਹੀ ਨਹੀਂ ਆਵੇਗਾ। ਮੇਰੇ ਆਕਾ ਨੇ ਫਰਮਾਇਆ ਲੈ ਕੁੱਲੇ ਸ਼ੈਨ ਸਿਕਾਲਾ ਤੁਹਾਨੂੰ ਬਸ ਸਿਕਾਲਾ ਤੁਹਾਨੂੰ ਕਲੂਬ ਜ਼ਿਕਰ ਅੱਲਾ,
او کما قال رسول اللہ صلی اللہ علیہ وسلم، میرے آقا نے فرمایا ہر چیز نو صاف کرن واسطے کوئی چیز ہندی ہے، پر دلاں نو صاف کرن واسطے اللہ دا ذکر. جڑا بندہ ہن مسلمان ہویا نا، اسلام دے خلاف ریسرچ کردہ کردہ مسلمان ہویا، اس بڑیاں کتاباں لکھیاں، جدوں قرآن دی ریسرچ کرن لگا نا، اتنی طاقت ہے قرآن پاک. اے مسلمان تو پڑھ دے کوئی نہیں، جی پڑھنا ہے تو سمجھ دے کوئی نہیں. جڑے اتنے بندے پڑھے ہو بیٹھے ہو، بھلا سوچو کہاں روز پڑھتے ہو؟ وہ سچی گل کی، جی پڑھنے ہیں تو سمجھتے ہیں. اس آخر جی صحیح قرآن پڑھن نا سمجھن، تو جڑے کام گندے کرتے ہیں کدے بھی نہ کر. قرآن چ لکھے اللہ نے ان ربا کا یب سو تو رز کا لے میں یہ شاوا یک دل، رزق میرے کول ہے، جتنا میں چاہنا اتنا دینا. جے اسی مندے ہو گئی اس گل میں، پھر دودھ چ پانی کیوں پا دیا؟ پھر جھوٹے ویزے کیوں ویچ گئے؟ کسی دن پلاٹاں تے قبضہ کیوں کرے؟ جتنی اللہ لکھ چکا ہے اس تو بعد نہیں ہونی، اس تو گھٹ بھی نہیں ہونی. جڑے دیں نہیں اترنے اس دیں تو کھانی نہیں. باویں ڈاکٹر تینوں منع کر دے، باویں تیرا ٹائم ہی نہ لگے، پیسے جیب وچ ہون گے، بھوک بھی لگی ہوئی ہے، تیرا ٹائم نہیں لگے گا. جدو نہیں اترنے تیرا دل نہیں کرے گا کھانا، پھر کی فائدہ بے ایمانی کرن دا، فراڈ کرن دا؟ آن ڈک دے دیکھ دے ہو سن، توڑ کے دیکھو اندر دو پانی ہوں، ایک کھٹا ہوں ایک چٹا ہوں. چٹے دا چوزا بننا ہے، اللہ دی ذات نے کھٹا پانی اندر خوراک کو رکھ چلی. رب پتھری پالدا کیڑیاں نوں، روزی دیندا جن انسان تائیں. بچہ پیدا ہوندا ہے اندی چھاتی کو نہیں ہوندی، بچی پیدا ہوندی تو اندی چھاتی ہوندی. اجے انہیں جوان ہونا ہے، پھر اندی شادی ہونی، پھر انہوں اولاد ہونی. اللہ دی ذات نے اندے جمن تو پال اندی روزی دا انتظام کیتا ہے کہ نہیں کیتا؟ پھر ہیرا فیرے کرنے دی کی لوڑ؟ میاں محمد بخش فرما دے نے باہر دے ملک دے باغاں وچوں امب کھان نہ جائیے، اپنے دیس دے کلراں وچوں تمیں چن چن کھائی. کتنا عرصہ لایا ہوندا ہے، دس دس گیارہ گیارہ سال تک تو میں سنے نے. آؤدیاں نوں کئی تو مر گئے ہونگے، جڑے تیرے نال پیار کرتے ہیں، جڑے تینوں چاہتے ہیں، مڑ آن کے پوچھتا ہے میری ماں دی قبر کتھے، میرے پیو دی قبر کتھے. جڑے باہر جاندے نے کوئی سونا کھاندا ویکھیا ہے؟ کیڑا بھیڑے پاسے منہ لگا ہے انسان دا، جنہاں واسطے کماؤندا پیا انہاں گھٹ کے منہ بن چڑھنا. کپڑے اتارن گے، جے نہ اترے تو پھاڑ کے اتارن گے. غسل کسے دینا ہے؟ اے تیرے اتنے مٹی پاون، کیڈا تینوں دکھ لگے گا یار. انہاں واسطے میں اوکھا ہوندا رہا، کمائیاں کرتا رہا. مولانا روم رحمت اللہ علیہ فرماندے نے کہ کھاون والوں تو پیرا نہیں دینا، کھاسی سارا ٹلا، پھڑی سی دم ہکلا، پوچھ تینوں ہونی.
ਚੈੱਕਬੁੱਕ ਘਰ ਪਈ ਰਹੇ, ਤੂੰ ਕਬਰ ਚਲਾ ਜਾਂਦਾ, ਤੇਰੇ ਘਰ ਦੀਆਂ ਫੇਰਾ ਕੋਈ ਨਹੀਂ ਮਾਰ। ਜੇ ਖੂਨ ਨਾਲ ਕਿਸੇ ਨੂੰ ਗੁਸਲਦੇ ਹੋ ਉਹ ਪਾਕ ਹੋ ਜਾਂਦਾ, ਪਿਸ਼ਾਬ ਨਾਲ ਕਿਸੇ ਨੂੰ ਗੁਸਲਦੇ ਹੋ ਉਹ ਪਾਕ ਹੋ ਜਾਂਦਾ। ਜਿਹੜੀ ਹਰਾਮ ਦੀ ਕਮਾਈ, ਇਹ ਜਾਂ ਖੂਨ ਹੈ ਅਤੇ ਜਾਂ ਪਿਸ਼ਾਬ ਹੈ। ਜਦੋਂ ਤੂੰ ਮਰਨਾ ਹੈ ਸਾਬਣ ਨਾ ਕਿੱਥੋਂ ਲਿਆਉਣਾ, ਉਹ ਜਿਹੜੇ ਤੂੰ ਕਮਾ ਕੇ ਰੱਖੀ ਜਾਂਦਾ। ਤੂੰ ਰੋ ਰੋ ਕੇ ਆਖੇਂਗਾ, ਉਹ ਮੇਰਾ ਪੁੱਤਰ ਇਹਨਾਂ ਪੈਸਿਆਂ 'ਚ ਸਾਬਣ ਨਾ ਲਿਆਉਣਾ, ਇਹ ਤਾਂ ਹਰਾਮ ਦਾ ਪੈਸਾ ਹੈ, ਇਹ ਤਾਂ ਗਰੀਬਾਂ ਦਾ ਖੂਨ ਮੈਂ ਇਕੱਠਾ ਕੀਤਾ ਹੈ। ਬੜਾ ਜ਼ੋਰ ਜ਼ੋਰ ਨਾਲ ਬੋਲੇਗਾ। ਮੁਰਦੇ ਦੀ ਆਵਾਜ਼ ਕਦੇ ਸੁਣੀ? ਇਸੇ ਤਰ੍ਹਾਂ ਜਿਵੇਂ ਹੁਣ ਤੈਨੂੰ ਲੋਕ ਆਉਂਦੇ ਨੇ, ਮੌਲਵੀ ਆਖਦੇ ਨੇ, ਆਲਮ ਆਖਦੇ ਨੇ, ਹਰਾਮ ਨਾ ਖਾ, ਤੂੰ ਉਹਨਾਂ ਦੀ ਕੋਈ ਸੁਣਨਾ? ਐਵੇਂ ਤੇਰੀ ਵੀ ਕੋਈ ਨਹੀਂ ਸੁਣੇਗਾ। ਬਈ ਮੈਂ ਇਹਨਾਂ ਦੇ ਆਖੇ ਲੱਗਦਾ, ਬੜਾ ਤੰਗ ਹੋ ਕੇ ਆਉਂਦਾ ਹੈ, ਮੈਂ ਤਾਂ ਆਪਣੇ ਪਿਓ ਦਾ ਬੜਾ ਫਰਮਾ ਬਰਦਾਰ ਆ, ਪਤਾ ਨਹੀਂ ਮੇਰੀ ਔਲਾਦ ਕਾਹਦੇ 'ਤੇ ਗਈ। ਮੰਨਦੇ ਹੀ ਕੋਈ ਨਹੀਂ, ਸੁਣਦੇ ਹੀ ਨਹੀਂ। ਉਹ ਤੇਰੇ ਪਿਓ ਦਾ ਕਮਾਲ ਆ, ਜਾਂ ਤੈਨੂੰ ਹਲਾਲ ਖਵਾਇਆ। ਤੇਰਾ ਕਮਾਲ ਤਾਂ ਹਾ ਜੇ ਅੱਗੋਂ ਤੇਰੀ ਔਲਾਦ ਵੀ ਤੇਰੇ ਆਖੇ ਲੱਗਦੀ। ਜ਼ੀਰੋ ਮੀਟਰ ਗੱਡੀ ਹੋ, ਉਹਦੇ ਵਿੱਚ ਤੇਲ ਕਾਲਾ ਪਾ ਦਿਓ, ਫਿਰ ਉਹ ਸਹੀ ਚੱਲੇ, ਫਿਰ ਉਹਨੂੰ ਡਾਂਗਾ ਮਾਰੋ, ਡਾਂਗਾ ਨਾਲ ਵੀ ਉਸ ਕੋਲ ਨਹੀਂ ਚੱਲਣਾ। ਬੱਚੇ ਨੂੰ ਮਾਰੇਗਾ, ਬੱਚੀ ਨੂੰ ਮਾਰੇਗਾ, ਇਹ ਤਾਂ ਵੇਖ ਵੀ ਇਸ ਨੂੰ ਕਮਾਈ ਮੈਂ ਕਿਹੜੀ ਖਵਾਈ। ਹਜ਼ਰਤ ਇਮਾਮ ਹਸਨ ਇਮਾਮ ਹੁਸੈਨ ਅਲੀ ਮਕਾਮ, ਹਜ਼ਰਤ ਅਲੀ ਕਰਮ ਅੱਲਾ ਵਜਹ ਦੇ ਨਾਲ ਮਦੀਨੇ ਪਾਕ ਦੇ ਬਾਜ਼ਾਰ ਜਾਂਦੇ ਪਏ। ਅੱਗੂ ਇੱਕ ਬੰਦਾ ਪਾਣੀ ਦੀ ਮਸ਼ਕ ਲੈ ਕੇ ਲੰਘਦਾ ਪਿਆ, ਇਹਨਾਂ ਦੋਵਾਂ ਸ਼ਹਿਜ਼ਾਦਿਆਂ ਤੀਰ ਚਲਾਏ, ਉਹਦੀ ਮਸ਼ਕ ਪਾਟ ਗਏ। ਉਹ ਵਿਚਾਰਾ ਪਰੇਸ਼ਾਨ ਹੋ ਗਿਆ, ਪਾਣੀ ਸਾਰਾ ਰੁੜ ਗਿਆ। ਹਜ਼ਰਤ ਅਲੀ ਕਰਮ ਅੱਲਾ ਵਜਹ ਨੇ ਸਾਹਿਬਜ਼ਾਦਿਆਂ ਨੂੰ ਡਾਂਟਿਆ ਨਹੀਂ, ਮੇਰੇ ਆਕਾ ਨੇ ਫਰਮਾਇਆ ਮੈਂ ਇਲਮ ਦਾ ਸ਼ਹਿਰ ਹਾਂ, ਹਜ਼ਰਤ ਅਲੀ ਮੇਰਾ ਦਰਵਾਜ਼ਾ ਨੇ। ਘਰ ਗਏ, ਬੀਬੀ ਫਾਤਮਾ ਤਾਂ ਜ਼ਾਰਾ ਕੋਲ ਪੁੱਛਦੇ ਨੇ, ਐ ਫਾਤਮਾ ਅੱਜ ਖਾਣਾ ਕਾਹ ਪਕਾਇਆ? ਬੀਬੀ ਫਾਤਮਾ ਨੇ ਅਰਜ਼ ਕੀਤੀ, ਆਕਾ ਮੈਂ ਪਕਾਇਆ, ਅੱਗੇ ਤਾਂ ਨਹੀਂ ਪਕਾਇਆ। ਹਾਂਜੀ ਮੈਂ ਅੱਗੇ ਤਾਂ ਨਹੀਂ ਪਕਾਇਆ, ਬਾਵਜੂ ਹੋ ਕੇ ਪਕਾਇਆ। ਹਜ਼ਰਤ ਅਲੀ ਖਾਮੋਸ਼ ਹੋ ਗਏ। ਬੀਬੀ ਫਾਤਮਾ ਨੇ ਪੁੱਛਿਆ, ਯਾ ਮੇਰੇ ਆਕਾ ਕੀ ਗੱਲ ਕੀ ਹੋਈ? ਆਪ ਨੇ ਫਰਮਾਇਆ, ਹੈ ਫਾਤਮਾ ਮੇਰਿਆਂ ਬੇਟਿਆਂ ਨੇ ਅੱਜ ਉਹ ਕੰਮ ਕੀਤਾ ਹੈ ਜਿਹੜਾ ਮੈਂ ਇਹਨਾਂ 'ਤੇ ਤਵੱਕੋ ਨਾ ਕਰਦਾ। ਗਰੀਬ ਦੀ ਮਸ਼ਕ ਪਾਲ ਛੱਡੀ, ਨਾ ਉਹਦਾ ਨਾ ਲੈਣ ਦੇਣ ਸਾਡਾ ਕੋਈ। ਬੀਬੀ ਫਾਤਮਾ ਨੇ ਅਰਜ਼ ਕੀਤੀ, ਯਾ ਹਜ਼ਰਤ ਅੱਜ ਇਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ। ਹਜ਼ਰਤ ਅਲੀ ਨੇ ਪੁੱਛਿਆ ਕਿਉਂ? ਅਰਜ਼ ਕਰਦੀਆਂ ਨੇ, ਇੱਥੋਂ ਇੱਕ ਮਦੀਨੇ ਤੋਂ ਔਰਤ ਆਈ ਹੈ ਦਹੀਂ ਵੇਚਣ, ਅਤੇ ਮੈਂ ਉਹ ਦਹੀਂ ਚੱਖਿਆ ਬਗੈਰ ਇਜਾਜ਼ਤ ਦੇ, ਵੀ ਖੱਟਾ ਹੈ ਕਿ ਮਿੱਠਾ ਹੈ। ਉਹ ਅਸਰ ਮੇਰੇ ਅੰਦਰ ਗਿਆ, ਮੈਂ ਖਾਣਾ ਪਕਾਇਆ, ਇਹਨਾਂ ਦੇ ਵਿੱਚ ਇਹ ਅਸਰ ਆ ਗਿਆ। ਨਾ ਕੁਛ ਵੈਦ ਕੁਰਾਨ ਮੈਂ ਦੇਖਾ, ਨਾ ਕੁਛ ਦੇਖਾ ਪੋਥੀ ਮੈਂ, ਕਹੇ ਕਬੀਰ ਸੁਣੋ ਮੇਰਾ ਭਾਈ, ਜੋ ਦੇਖਾ ਦੋ ਰੋਟੀ। ਕਈ ਔਰਤਾਂ ਜਾਂਦੀਆਂ ਨੇ ਮੇਰੇ ਕੋਲ, ਬੱਚੇ ਲੜਦੇ ਰਹਿੰਦੇ ਨੇ, ਸਾਡਾ ਮੀਆਂ ਬੀਵੀ ਦਾ ਸਲੂਕ ਕੋਈ ਨਹੀਂ। ਅਕਸਰ ਘਰ 'ਚ ਇਹ ਸ਼ਿਕਾਇਤ ਹੈ। ਉਹ ਫਿਰ
ਪੀਰਾਂ ਕੋਲ ਜਾਂਦੀਆਂ ਨੇ। ਪੀਰ ਕੋਈ ਕਾਲੇ ਰੰਗ ਦਾ ਬੱਕਰਾ ਮੰਗਦਾ, ਜੇ ਹਰਾਮ ਦਾ ਹੈ ਤਾਂ ਨਿਵਾਗਿਆ ਕਰੋ ਉਹਦੇ, ਅਤੇ ਜੇ ਹਲਾਲ ਦਾ ਹੈ ਤਾਂ ਉੱਧਰ ਨਾ ਜਾਓ। ਜਿਸ ਘਰ ਵੀ ਇਹ ਸ਼ਿਕਾਇਤ ਹੈ ਉਹ ਹਾਂਡੀ ਰੋਟੀ ਵੁਜ਼ੂ ਕਰਕੇ ਕਰੇ ਔਰਤ, ਥੋੜ੍ਹੇ ਦਿਨਾਂ ਦੇ ਬਾਅਦ ਇਨਸ਼ਾਅੱਲਾ ਘਰ ਵਿੱਚ ਸਲੂਕ ਆ ਜਾਵੇ। ਇਹ ਚੀਜ਼ਾਂ ਨੇ ਨਾ ਮੁਫਤ, ਇਹਨਾਂ 'ਤੇ ਸਾਡਾ ਖਿਆਲ ਨਹੀਂ ਜਾਂਦਾ। ਉਹ ਬੱਕਰਾ ਦੇ ਕੇ ਆਉਣਾ, ਤਵੀਜ਼ ਲੈਣਾ, ਉਹ ਤਮੜੇ ਨਾਲ ਕਰਨਾ ਤਸੱਲੀ ਨਾਲ, ਇਹ ਤਸੱਲੀ ਨਾਲ ਕਰੋ। ਵੁਜ਼ੂ ਕਰਕੇ ਖਾਣਾ ਪਕਾਵੇ। ਅਗਰ ਮੇਰੀਆਂ ਬੀਬੀਆਂ ਮਾਈਆਂ ਭੈਣਾਂ ਸੁਣਦੀਆਂ ਨੇ ਉਹ ਅਮਲ ਕਰਕੇ ਵੇਖੋ, ਕਈਆਂ ਬਿਮਾਰੀਆਂ ਤੋਂ ਸ਼ਫਾ ਹੋ ਜਾਵੇ। ਪਰ ਯਕੀਨ ਤਾਂ ਕੋਈ ਨਹੀਂ ਆਉਣਾ, ਕੋਈ ਪੈਸੇ ਮੰਗੇ ਤਾਂ ਮੁੜ ਯਕੀਨ ਆਉਂਦਾ ਨਾ ਸਾਨੂੰ। ਕਰਕੇ ਵੇਖੋ, ਸਵਾਬ ਤਾਂ ਹੈ ਹੀ ਨਾ, ਖੁਦਾ ਨਾ ਖਾਸਤਾ ਜੇ ਫਾਇਦਾ ਨਾ ਵੀ ਹੋਵੇ ਤਾਂ ਸਵਾਬ ਤਾਂ ਹੈ ਨਾ। ਕੋਈ ਬਜ਼ੁਰਗ ਤੈਨੂੰ ਆਉਂਦਾ ਵੀ ਸੂਰਤ ਯਾਸੀਨ ਪੜ੍ਹ, ਆਹ ਤੇਰਾ ਕੰਮ ਹੋ ਜਾਸੀ, ਇਹ ਤਾਂ ਅੱਛੀ ਬਾਤ। ਅਗਰ ਕੰਮ ਤੇਰਾ ਨਾ ਵੀ ਹੋਇਆ ਤਾਂ ਕੁਰਾਨ ਹੀ ਆ ਕੇ ਸੁਣ ਪੜ੍ਹ, ਉਹ ਤਾਂ ਪੜ੍ਹੋ। ਜੇ ਜੋ ਕੋਈ ਗਲਤ ਕੰਮ ਦੱਸੇ, ਫਲਾਣਾ ਜਾਨਵਰ ਲਿਆਓ, ਉਹਦੀ ਜਿਬ ਵੱਢ ਕੇ ਲਿਆਓ, ਉਹਨੂੰ ਮਾਰ ਕੇ ਉਹਦੇ ਵਿੱਚ ਸੂਈਆਂ ਟੁੰਗੋ, ਇਹ ਤੁਹਾਡਾ ਜ਼ਿਹਨ ਨਹੀਂ ਕੰਮ ਕਰਦਾ ਕਿ ਜ਼ੁਲਮ? ਇਹੋ ਜਿਹਾ ਕੰਮ ਕਰਨ ਨਾਲ ਕੀ ਫਾਇਦਾ? ਕਿਸੇ ਦਾ ਨੁਕਸਾਨ ਕਰਨਾ, ਤੈਨੂੰ ਫਾਇਦਾ ਕੀ ਹੋਵੇ? ਅਕਸਰ ਇਹੋ ਲੋਕ ਰੋਂਦੇ ਨੇ, ਭਲਾ ਵੇਖੋ ਨਾ ਜੀ, ਸਾਨੂੰ ਕਿਸੇ ਕੁਝ ਕਰ ਤਾਂ ਨਹੀਂ ਛੱਡਿਆ। ਅੱਲਾ ਕੁਝ ਨਹੀਂ ਕਰ ਸਕਦਾ? ਕਈ ਨੌਜਵਾਨ ਇੱਥੇ ਬੈਠੇ ਹੋਣਗੇ, ਦਾਗੇ ਬੰਨੇ ਹੋ, ਇਹ ਕੌਣ ਬੰਦੇ ਨੇ? ਇਹ ਹਿੰਦੂ ਬੰਦੇ ਨੇ, ਸੈਮਨ ਸ਼ਰੀਫ 'ਤੇ ਉਹ ਹਿੰਦੂ ਬੈਠੇ ਹੁੰਦੇ ਨੇ। ਇੱਕ ਮੈਂ ਬੱਚੇ ਨੂੰ ਪੁੱਛਿਆ, ਮੈਂ ਪੁੱਤਰ ਇਹ ਦਾਗਾ ਕਿਉਂ ਬੰਨਿਆ? ਕਹਿੰਦੇ ਜੀ ਮੈਂ ਸੈਮਨ ਸ਼ਰੀਫ ਤੋਂ ਲਿਆ। ਮੈਂ ਕਿਹਾ ਮੈਂ ਅਕਸਰ ਜਾਂਦਾ ਰਹਿੰਦਾ ਉੱਥੇ, ਉੱਥੇ ਹਿੰਦੂ ਬੈਠੇ ਨੇ, ਉਹ ਵੇਚਦੇ ਹਨ ਦਾਗੇ। ਕੁਰਾਨ ਤੋਂ ਯਕੀਨ ਉੱਠ ਗਿਆ ਤੁਹਾਡਾ? ਨਿਮਾਜ਼ਾਂ ਤੋਂ ਉੱਠ ਗਿਆ? ਮੇਰੇ ਮੁਰਸ਼ਿਦ ਕਰੀਮ ਫਰਮਾਉਂਦੇ ਹੁੰਦੇ ਆ, ਤਹੱਜਦ ਦੇ ਟਾਈਮ ਉੱਠ ਕੇ ਕੋਈ 11-12 ਸੂਰਤ ਮੁਜ਼ੰਮਲ ਪੜ੍ਹੇ, ਉਹ ਦਰਵਾਜ਼ੇ ਬੰਦ ਵੀ ਕਰ ਲਵੇ ਨਾ, ਅਤੇ ਰਿਜ਼ਕ ਦਰਵਾਜ਼ੇ ਤੋੜ ਕੇ ਉਹਦੇ ਘਰ ਆ ਜਾਵੇ। ਤਹੱਜਦ ਦੇ ਟਾਈਮ ਉੱਠੇਗਾ, ਸੂਰਤ ਮੁਜ਼ੰਮਲ ਪੜ੍ਹੇਗਾ, ਇਹਦਾ ਕੀ ਗੁਨਾਹ? ਪੈਸੇ ਤਾਂ ਕੁਝ ਮੰਗਦਾ ਕੋਈ ਬਜ਼ੁਰਗ, ਤੁਹਾਡੇ ਫਾਇਦੇ ਵਾਸਤੇ। ਪਰ ਸਾਡਾ ਹੁਣ ਜ਼ਿਹਨ ਇਹ ਹੈ ਕਿ ਜਿਹਦਾ ਪੈਸਾ ਖਰਚ ਨਾ ਹੋਵੇ ਅਤੇ ਉਸ 'ਤੇ ਸਾਡਾ ਯਕੀਨ ਨਹੀਂ ਹੁੰਦਾ। ਸ਼ਫਾ ਕਹਿੰਦੇ ਹੱਥ 'ਚ, ਅੱਲਾਹ ਦੇ ਹੱਥ 'ਚ। ਇਲਮ, ਔਲਾਦ, ਰਿਜ਼ਕ, ਜ਼ਿੰਦਗੀ ਅਤੇ ਮੌਤ, ਇਹ ਅੱਲਾਹ ਦੇ ਹੱਥ ਵਿੱਚ। ਇਹਨੂੰ ਨਾ ਕੋਈ ਜ਼ਿੰਦਗੀ ਨੂੰ ਵਧਾ ਸਕਦਾ, ਨਾ ਘਟਾ ਸਕਦਾ। ਇੱਕ ਬੰਦਾ, ਉਹਨੂੰ ਮੈਂ ਜਾਣਦਾ, ਕਿਸੇ ਪਿੰਡ ਗਿਆ, ਉਹਨਾਂ ਨੂੰ ਤਵੀਜ਼ ਉਹ ਮੇਰੇ ਕੋਲ ਲਿਖਿੰਦਾ ਹੁੰਦਾ, ਉੱਧਰ ਜਾ ਕੇ ਪੀਰ ਬਣ ਗਿਆ। ਮੈਂ ਉੱਥੇ ਗਿਆ ਤਾਂ ਉਹਨਾਂ ਆਖਿਆ ਜੀ ਇੱਥੇ ਪੀਰ ਆਇਆ ਉੱਥੇ, ਉਸ ਆਖਿਆ ਮੈਂ ਬੰਦਾ ਵੀ ਮਾਰ ਦਿੰਦਾ। ਉਸ ਵਾਜਪਾਈ ਦੀ ਹਕੂਮਤ ਆਈ, ਬੋਸ਼ਾ। ਮੈਂ ਉਹਨੂੰ ਆਖੋ ਵਾਜਪਾਈ ਨੂੰ ਮਾਰ ਦੇਵੇ, ਬੁਸ਼ ਨੂੰ ਮਾਰ ਦੇਵੇ। ਏਡਾ ਅਕੀਦਾ ਕਮਜ਼ੋਰ ਮੁਸਲਮਾਨ ਦਾ ਹੋ ਗਿਆ ਜਿਹਦਾ ਤਵੱਕਲ ਹੀ ਖੁਦਾ 'ਤੇ ਹੁੰਦਾ। ਜਦੋਂ ਮੁਸਲਮਾਨ ਪੱਕਾ ਸੱਚਾ ਮੁਸਲਮਾਨ ਸੀ, ਇਹਦਾ ਬੇੜੀਆਂ ਜਹਾਜ਼ਾਂ ਵੱਲ ਕਦੋਂ ਧਿਆਨ ਸੀ? ਚੜ੍ਹਿਆ ਘੋੜੇ 'ਤੇ ਸਮੁੰਦਰਾਂ 'ਚੋਂ ਪਾਰ ਹੋ ਗਿਆ, ਇਹ ਯਕੀਨ ਹੁੰਦਾ ਅੱਲਾਹ 'ਤੇ, ਅੱਲਾਹ ਮੁੜ ਮਦਦ ਕਰਦਾ। ਦੋਸਤੋ, ਮਾਂ ਦੀ ਜ਼ਿਆਰਤ ਕਰਨਾ ਕਬੂਲ ਹਜ ਦਾ ਸਵਾਬ ਹੈ।
ਜਿਨ੍ਹਾਂ ਦੀਆਂ ਜਿਉਂਦੀਆਂ ਨੇ ਜਾ ਕੇ ਪੈਰ ਚੁੰਮਿਆ ਹੈ, ਜਿਨ੍ਹਾਂ ਦੇ ਮਰ ਗਈਆਂ ਨੇ ਉਹਨਾਂ ਨੂੰ ਤੁਹਾਨੂੰ ਬੜਾ ਅਫਸੋਸ ਲੱਗਦਾ ਪਿਆ। ਇਹ ਮਸਲਾ ਅਸਾਂ ਅੱਗੇ ਸੁਣਿਆ ਹੁੰਦਾ, ਅਸੀਂ ਵੀ ਚੁੰਮ ਲੈਂਦੇ। ਮਾਂ ਦਿਆਂ ਪੈਰਾਂ ਥੱਲੇ ਜੰਨਤ ਹੈ, ਇਹ ਵੀ ਨਾ ਸ਼ਰਮ ਕਰੀ ਪੈਰ ਗੱਟੇ ਦੇ ਭਰੇ ਹੋਏ। ਮਾਂ ਦੇ ਪੈਰ ਨੇ ਜਿਨ੍ਹਾਂ ਦੀ ਮਰ ਗਈਆਂ ਉਹਨਾਂ ਕੋਲ ਪੁੱਛ। ਜੇ ਤੂੰ ਵੇਖਣਾ ਹੋਵੇ ਖੁਦਾ ਰਾਜ਼ੀ ਹੈ ਕਿ ਨਾਰਾਜ਼, ਖੁਦਾ ਤਾਂ ਨਜ਼ਰ ਨਹੀਂ ਆਉਂਦਾ, ਆਪਣੇ ਬਾਪ ਨੂੰ ਵੇਖ ਲਓ। ਅਗਰ ਉਹ ਰਾਜ਼ੀ ਗਏ ਤਾਂ ਤੂੰ ਕਸਮ ਉਠਾ ਸਕਦਾ ਕਿ ਅੱਲਾ ਮੇਰੇ ਤੋਂ ਰਾਜ਼ੀ, ਇਹ ਮੇਰੇ ਆਕਾ ਨੇ ਫਰਮਾਇਆ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਜਦੋਂ ਤੂੰ ਪੈਦਾ ਹੋਇਆ ਸਾਂ ਤੂੰ ਰੋਂਦਾ ਸਾਂ, ਲੋਕ ਖੁਸ਼ੀ ਕਰਦੇ ਸਨ। ਹੁਣ ਇਹਦਾ ਉਲਟ ਹੋਵੇ, ਜਦੋਂ ਦੁਨੀਆ ਤੂੰ ਜਾਵੇਂ ਲੋਕ ਰੋਵਣ, ਤੂੰ ਖੁਸ਼ੀ ਖੁਸ਼ੀ ਜਾ। ਜੇ ਆਵਣ ਲੱਗਾ ਵੀ ਰੋਂਦਾ ਰੋਂਦਾ ਆਇਆ, ਜਾਵਣ ਲੱਗਾ ਵੀ ਰੋਂਦਾ ਰੋਂਦਾ ਗਿਆ। ਰੋਂਦਾ ਉਹ ਹੀ ਹੈ ਜਿਹਦਾ ਨੁਕਸਾਨ ਹੋ ਜਾਵੇ, ਜਿਹੜਾ ਲੁੱਟਿਆ ਜਾਵੇ ਉਹ ਰੋਂਦਾ। ਇਹਦਾ ਮਤਲਬ ਇਹ ਤੂੰ ਸਹੀ ਸਲਾਮਤ ਨਹੀਂ ਜਾ ਰਿਹਾ ਤਾਂ ਰੋਂਦਾ। ਹੁਣ ਤੂੰ ਹੱਸਦਾ ਹੱਸਦਾ ਜਾ, ਦੁਨੀਆ ਤੈਨੂੰ ਰੋਵਣ ਵਾਲੀ ਹੋਵੇ। ਮੇਰੇ ਆਕਾ ਨੇ ਫਰਮਾਇਆ ਰੋਂਦਾ ਤਾਂ ਹੋਈ ਹੈ ਨਾ ਜਿਹੜਾ ਨੁਕਸਾਨ ਕਰ ਦਿੰਦਾ, ਜਿਹੜਾ ਲੁੱਟਿਆ ਜਾਵੇ ਉਹ ਰੋਂਦਾ। ਜੇ ਤੇਰੇ ਜਨਾਜ਼ੇ ਦੇ ਐਲਾਨ 'ਤੇ ਸਾਰਾ ਪਿੰਡ ਨਾ ਰੋਵੇ, ਕੰਮ ਅਲ ਕੰਮ ਮੁਹੱਲੇ ਵਾਲਾ ਤਾਂ ਰੋਂਦਾ। ਜੇ ਮੁਹੱਲੇ ਵਾਲੇ ਵੀ ਨਾ ਰੋਣ, ਤੇਰਾ ਮੌਲਵੀ ਤਾਂ ਰੋਵੇ। ਜਿਸ ਤਰ੍ਹਾਂ ਜਨਾਜ਼ਾ ਪੜ੍ਹਨਾ, ਨਵਾਂ ਮੌਲਵੀ ਆਵੇ ਤੁਹਾਡੀ ਬੜੀ ਇੱਜ਼ਤ ਕਰਨੇ ਆ, ਖਿਦਮਤ ਕਰਨੇ ਆ, ਮਨਾ ਨਹੀਂ ਕਰੋ, ਪਰ ਪੁੱਛ ਤੁਹਾਨੂੰ ਆਪਣੇ ਮੌਲਵੀ ਦੀ ਹੋਣੀ ਕੀ ਸਲੂਕ ਕਰਨਾ ਮੌਲਵੀ ਨਾਲ। ਉਸ ਪਤਾ ਲੱਗੇਗਾ ਤੈਨੂੰ। ਬਾਹਰੋਂ ਮੰਗਣ ਆਵੇ ਕੋਈ, ਮੈਂ ਮੌਲਵੀ ਵੇਖੇ ਐਲਾਨ ਕਰਦੇ, ਆ ਜੀ ਇੱਕ ਮਜ਼ਦੂਰ ਬੰਦਾ ਹੈ, ਇਹ ਜੀ ਗਰੀਬ ਬੰਦਾ ਹੈ, ਇਹਦੇ ਛੋਟੇ ਛੋਟੇ ਬੱਚੇ ਨੇ, ਅਤੇ ਇਹਦੀ ਮਦਦ ਕਰੋ ਪਿੰਡ ਵਾਲੇ ਸਾਰੇ। ਹੁਣ ਉਸ ਮੌਲਵੀ ਨੂੰ ਬੰਦਾ ਪੁੱਛੇ ਵੀ ਇਸ ਪਿੰਡ 'ਚ ਗਰੀਬ ਕੋਈ ਨਹੀਂ, ਇਸ ਪਿੰਡ 'ਚ ਯਤੀਮ ਕੋਈ ਨਹੀਂ, ਇਸ ਪਿੰਡ 'ਚ ਬੇਵਾ ਔਰਤਾਂ ਕੋਈ ਨਹੀਂ, ਜਿਨ੍ਹਾਂ ਨੂੰ ਤੂੰ ਦਿੰਦਾ ਪਿਆ ਉਹਨਾਂ ਨੂੰ ਤੂੰ ਜਾਣਦਾ ਹੀ ਨਹੀਂ। ਜੇ ਉਹਨਾਂ ਨਸ਼ਾ ਕਰ ਲਿਆ, ਕਿਆਮਤ ਵਾਲੇ ਦਿਨ ਤੈਨੂੰ ਪੁੱਛ ਹੋਵੇ ਕਿ ਤੂੰ ਪੈਸੇ ਦੇ ਕੇ ਅਤੇ ਮੇਰੇ ਬੰਦੇ ਕੋਲ ਗੁਨਾਹ ਕਰਾਇਆ, ਯਾ ਅੱਲਾ ਮੈਂ ਤਾਂ ਜਾਣਦਾ ਹੀ ਨਾ, ਮੈਂ ਤਾਂ ਤੇਰੇ ਨਾਂ 'ਤੇ ਦਿੱਤਿਆ, ਮੇਰੇ ਨਾਂ 'ਤੇ ਦਿੱਤਿਆ ਨੇ, ਅਤੇ ਤੇਰੇ ਪਿੰਡ 'ਚ ਗਰੀਬ ਕੋਈ ਨਾ, ਤੇਰਾ ਬਿਰਾਦਰੀ ਦਾ ਗਰੀਬ ਕੋਈ ਨਾ। ਜ਼ਿਲ ਕੁਰਬਾ ਵਲ ਯਤਾਮਾ ਵਲ ਮਸਕੀਨ ਵਬਨਿ ਸਬੀਲ, ਇੱਕ ਅੰਨਾ ਉਹ ਹੁੰਦਾ ਜਿਹਦੀਆਂ ਅੱਖਾਂ ਹੁੰਦੀਆਂ ਹੀ ਨਹੀਂ, ਇੱਕ ਅੰਨਾ ਉਹ ਹੁੰਦਾ ਜਿਹਨੂੰ ਗਰੀਬ ਨਜ਼ਰ ਨਹੀਂ ਆਉਂਦਾ। ਇਹ ਹੁਣ ਤੁਸੀਂ ਵੇਖ ਲਓ ਘੇੜਿਆਂ 'ਚੋਂ ਕਿਤਨੀਆਂ ਬੱਚੀਆਂ ਜਵਾਨਾਂ ਨੇ, ਹਰ ਪਿੰਡ 'ਚ ਐਣ, ਹਰ ਸ਼ਹਿਰ 'ਚ ਐਣ, ਜਿਹਨਾਂ ਦਾ ਰਿਸ਼ਤਾ ਪੁੱਛਦੇ ਕੋਈ। ਉਹ ਐਬ ਕੀ ਹੈ? ਉਦੋਂ ਜਹੇਜ਼ ਨੇ ਮਿਲਣਾ, ਐਬ ਗਰੀਬੀ। ਇਹ ਕਿਸੇ ਦਾ ਵੱਸ ਦਾ ਰੋਗ ਹੈ? ਤਾਂ ਮਾਲਕ ਦੀ ਮਰਜ਼ੀ ਹੈ। ਮੇਰੇ ਆਕਾ ਨੇ ਫਰਮਾਇਆ ਨੇਕ ਬੀਵੀ ਦੁਨੀਆ ਵਿੱਚ ਜੰਨਤ ਹੈ, ਤੂੰ ਪੁੱਤਰ ਵਾਸਤੇ ਕਿਹੋ ਜਿਹਾ ਰਿਸ਼ਤਾ ਤਲਾਸ਼ ਕਰਨਾ? ਪੜ੍ਹੀ ਲਿਖੀ ਹੋਵੇ, ਜਹੇਜ਼ ਹੋਵੇ, ਗੱਡੀ ਦੇਵਣ, ਪਲਾਟ ਮੇਰੇ ਪੁੱਤਰ ਦੇ ਨਾਂ 'ਚ ਕਰਾਵਣ। ਇੱਕ ਨੌਜਵਾਨ ਲੜਕਾ ਐਮ ਏ ਕਰ ਗਿਆ,
ਗਰੀਬ ਘਰ ਦਾ। ਤਰਾਇਆ ਹੁੰਦੀਆਂ ਭੈਣਾਂ, ਇੱਕ ਬਾਈ, ਬੀਵੀ ਆ ਕੇ ਆਪਣੇ ਖਾਮਦ ਨੂੰ, ਆਪਣਾ ਪੁੱਤਰ ਜਵਾਨ ਹੈ ਅਤੇ ਇਹਨਾਂ ਦਾ ਕੋਈ ਕਰੀਏ। ਉਸ ਬੰਦੇ ਆਖਿਆ ਜੀ ਕੋਈ ਵੇਖਣੇ ਆ। ਔਰਤ ਆਉਂਦੀ ਹੈ, ਮੈਂ ਉਹੋ ਜਿਹੀ ਨੂੰਹ ਲਿਆਉਣੀ ਜਿਸ ਐੱਮ ਏ ਕੀਤਾ, ਜਿਹੜੇ ਮੇਰੇ ਪੁੱਤਰ ਨੂੰ ਕਾਰ ਵੀ ਦੇਣ, ਜਿਹੜੇ ਮੇਰੇ ਪੁੱਤਰ ਨੂੰ ਪਲਾਟ ਵੀ ਦੇਣ, ਕੁਝ ਪੈਸੇ ਵੀ ਮੇਰੇ ਪੁੱਤਰ ਦੇ ਅਕਾਊਂਟ 'ਚ ਕਰਾਂਗੇ। ਬੰਦਾ ਉਹਨੂੰ ਆਉਂਦਾ, ਅੱਲਾ ਦੀ ਬੰਦੀ ਆ, ਸਾਰੀਆਂ ਤਰਾਹ ਧੀਆਂ ਨੇ, ਇਹੋ ਡਿਮਾਂਡ ਕੋਈ ਸਾਨੂੰ ਚੱਕਰ ਹੈ, ਫਿਰ ਕੀ ਬਣੇਗਾ। ਉਹ ਔਰਤ ਆਉਂਦੀ ਹੈ, ਤੇਰੇ ਰੰਗੇ ਨਿਖੱਟੂ ਇੰਝ ਹੀ ਸੋਚਦੇ ਨੇ। ਉਹ ਬੰਦਾ ਆਉਂਦਾ, ਤੇਰੇ ਰੰਗੀਆਂ ਬੀਵੀਆਂ ਹੋਣ ਬੰਦੇ ਨਿਖੱਟੂ ਬਣ ਹੀ ਜਾਂਦੇ। ਉਹ ਕਰਦੀ ਰਹੀ ਕਰਦੀ ਰਹੀ, ਉਹਨੂੰ ਰਿਸ਼ਤਾ ਮਿਲ ਗਿਆ, ਬੜੀ ਰਾਜ਼ੀ ਹੋ ਕੇ ਆਈ। ਫਖਰ ਨਾਨਕੇ ਬੰਦੇ ਨੂੰ ਆਉਂਦੀ ਹੈ, ਵੇਖ ਤੂੰ ਹਿੰਮਤ ਹਾਰ ਗਿਆ, ਮੈਂ ਰਿਸ਼ਤਾ ਉਹ ਜਿਹਾ ਲੱਭ ਲਿਆ, ਉਹ ਕਾਰ ਵੀ ਦੇਵਣਗੇ, ਪਲਾਟ ਵੀ ਦੇਵਣਗੇ, ਮੇਰੇ ਪੁੱਤਰ ਦੇ ਅਕਾਊਂਟ 'ਚ ਪੈਸੇ ਵੀ ਦੇਵਣਗੇ। ਬੰਦਾ ਦਾ ਭਲਾ ਹੋਵੇ, ਹੋ ਗਿਆ ਤਾਂ ਕਰ ਲਓ। ਉਹ ਜਾ ਕੇ ਪੁੱਤਰ ਨੂੰ ਆਖਿਆ, ਪੁੱਤਰ ਮੁਬਾਰਕ ਹੋਵੇ, ਤੇਰੇ ਵਾਸਤੇ ਮੈਂ ਬਹੁਤ ਅੱਛਾ ਰਿਸ਼ਤਾ ਤਲਾਸ਼ ਕਰ, ਇਹਨੂੰ ਅੱਛਾ ਆਉਂਦਾ, ਜਵਾਂ ਦੀ ਰੋਟੀ ਰੱਜ ਨਾ ਖਾਧੀ, ਛਾਨਣ ਰੀਤ ਨਾ ਕਾਈ, ਪੇਟ ਦੇ ਉੱਤੇ ਪੱਥਰ ਬੱਧੇ, ਭੁੱਖਿਆਂ ਰਾਤ ਵਿਹਾਈ। ਮੇਰੇ ਆਕਾ ਨੇ ਫਰਮਾਇਆ, ਯਾ ਅੱਲਾ, ਜਦ ਤੱਕ ਮੈਂ ਜ਼ਿੰਦਾ ਰਹਾਂ ਗਰੀਬਾਂ ਵਿੱਚ ਰਹਾਂ, ਜਦੋਂ ਮੈਨੂੰ ਮੌਤ ਆਵੇ ਗਰੀਬਾਂ ਵਿੱਚ ਆਵੇ, ਜਦੋਂ ਮੈਂ ਕਿਆਮਤ ਨੂੰ ਉਠਾਇਆ ਜਾਵਾਂ ਅਤੇ ਗਰੀਬਾਂ ਵਿੱਚ ਉਠਾਇਆ, ਮੈਂ ਤੇਰੇ ਵਾਸਤੇ ਰਿਸ਼ਤਾ ਅੱਛਾ ਤਲਾਸ਼ ਕਰਨਾ। ਉਸ ਬੱਚੇ ਨੇ ਪੁੱਛਿਆ, ਕੀ ਹੋ ਜਾ ਰਿਸ਼ਤਾ ਹੈ? ਉਸ ਚੀਜ਼ਾਂ ਗਿਣ ਕੇ ਦੱਸੀਆਂ। ਉਹ ਬੱਚਾ ਆਉਂਦਾ, ਅੰਮੀ ਮੈਨੂੰ ਵੇਚਿਆ ਹੀ ਨਹੀਂ, ਮੇਰੀ ਸ਼ਾਦੀ ਕਰੂੰ। ਉਸਦਾ ਕਿਹਾ, ਪੁੱਤਰ ਮੈਂ ਵੇਚਿਆ ਕਾਨੂੰਨ? ਉਸਦਾ ਕਿਹਾ, ਅੱਲਾ ਦਾ ਕਾਨੂੰਨ ਸਖ਼ਤ ਹੈ, ਉਹਦੀ ਲਾਠੀ ਬੇਆਵਾਜ਼ ਹੈ, ਇਤਨਾ ਡਿਮਾਂਡ ਕਿਉਂ ਕੀਤੀ ਤੂੰ? ਅੱਲਾ ਦਾ ਕਾਨੂੰਨ ਐਸਾ, ਤੂੰ ਪੈਸੇ ਲੈ, ਡਿਮਾਂਡ ਪੂਰੀ ਕੀਤੀ, ਅੱਲਾ ਮੇਰਾ ਦਿਲ ਹੀ ਫੇਰ ਦੇਵੇ, ਮੈਂ ਸਹੁਰਿਆਂ ਦਾ ਹੋ ਜਾਵਾਂ, ਅਤੇ ਫਿਰ ਤੂੰ ਆਖੇਂਗੇ ਇਹਨੂੰ ਸਹੁਰਿਆਂ ਕੁਝ ਕਰ ਛੱਡਿਆ, ਮੈਨੂੰ ਤਾਂ ਤੂੰ ਕੁਝ ਕਰਦੀ ਪਈ। ਇਤਨੇ ਪੈਸੇ ਲੈ ਨੇ, ਇਤਨੀਆਂ ਚੀਜ਼ਾਂ ਲਈਆਂ ਨੇ, ਫਿਰ ਖੁਦਾ ਮੈਨੂੰ ਆਨੰਦ ਹੀ ਕਰ ਛੱਡਣਾ? ਇਹ ਵੀ ਯਾਦ ਕਰ ਲਓ, ਆਪ ਤੂੰ ਥੱਲੇ ਵੇਖੋ, ਠਿੱਡੇ 'ਤੇ ਵੀ ਵੱਜ ਜਾਓਗੇ, ਪੈਰ ਗੰਦਗੀ 'ਚ ਵੀ ਨਹੀਂ ਆਵੇਗਾ, ਕੰਡੇ 'ਤੇ ਵੀ ਵੱਜ ਜਾਓਗੇ, ਜੇ ਉੱਤੋਂ ਵੇਖ ਕੇ ਚੱਲੋਗੇ, ਇਹ ਸਾਰੀਆਂ ਚੀਜ਼ਾਂ ਦਾ ਖਤਰਾ ਹੈ। ਉੱਚੇ ਤੋਂ ਮੁਰਾਦ ਮਾਲਦਾਰੀ ਨਾ ਵੇਖੋ। ਕੋਈ ਐਸਾ ਬੰਦਾ ਦੱਸੋ ਜਿਹੜਾ ਸੋਨਾ ਖਾਂਦਾ ਹੈ, ਰੋਜ਼ੀ ਹਰ ਰੋਜ਼ ਅਰਸ਼ ਤੋਂ ਉਤਰਦੀ ਹੈ, ਜਿੱਥੇ ਉਤਰਦੀ ਹੈ ਬੰਦਾ ਜਾ ਕੇ ਖਾਂਦਾ। ਅੱਜ ਅਸੀਂ ਘਰੋਂ ਤੱਕ ਨਹੀਂ ਲੈ ਕੇ ਆਏ, ਜਿਹੜੇ ਬੰਦੇ ਬਾਹਰੋਂ ਆਏ ਨੇ ਇੱਥੇ, ਕਿਸੇ ਤੋਂ ਪੁੱਛ ਲਓ ਜੀ ਘਰੋਂ ਲੈ ਕੇ ਆਇਆ, ਜਿੰਨਾ ਜਿੰਨਾ ਦੀ ਉਤਰੀਏ ਉਹ ਇੱਥੇ ਆ ਗਏ। ਬਰ ਤਵੱਕਲ ਗਰਬ ਵਧ ਫੈ ਰੋਜ਼ੀਅਤ, ਹੱਕ ਦਹਿਦਮਾ ਨਿੰਦ ਮੁਰਗਾਂ ਰੋਜ਼ੀਅਤ। ਦੇਵਣ ਦਿਓ, ਮੈਂ ਲੈਣਾ ਤਾਂ ਕੋਈ ਨਹੀਂ, ਤੁਹਾਡਾ ਮੌਲਵੀ ਦੇ ਕੰਮ ਆਉਣਗੇ, ਲੈ ਹੁਣ ਕਿਸੇ ਵੀ ਨਹੀਂ ਦੇਣੇ, ਆਪਣੇ ਮੌਲਵੀਆਂ ਦੇ ਵੈਰ ਪਏ ਹੋਏ। ਜਦਾ ਕੱਲਾ, ਅੱਲਾ ਤੈਨੂੰ ਜਦਾ ਦੇਵੇ, ਮੈਂ ਭਾੜੋ ਪੁੱਤਰ ਗੱਲ ਕੀਤੀ ਨਾ, ਆਪਣੇ ਮੌਲਵੀਆਂ ਦੀ ਖਿਦਮਤ ਕਰ, ਮੈਨੂੰ ਕਿੱਥੋਂ ਲੱਭੋਗੇ? ਉਹ ਮੌਲਵੀ ਹਰ ਵਕਤ ਤੁਹਾਡੇ ਕੋਲ ਹੁੰਦਾ, 24 ਘੰਟੇ ਉਹਦੀ ਡਿਊਟੀ ਹੁੰਦੀ, ਅਤੇ ਫਿਰ ਉਹਦੀ ਖਿਦਮਤ ਕਰਨੀ ਚਾਹੀਦੀ ਨਾ। ਹਾਂ, ਅੱਲਾ ਤਾਲਾ ਤੈਨੂੰ ਜਜ਼ਾ ਦੇਵੇ, ਮੌਲਵੀ ਨੂੰ ਰੋਕ ਛੱਡਦਾ, ਨਾ ਰੋਕਦਾ ਤਾਂ ਮੈਂ ਬੋਲਣਾ ਕੋਈ ਨਾ।
ਪਿੱਛੇ ਮਾਖਣਾ ਮੌਲਵੀ ਨੂੰ ਦੇ ਚੱਲ, ਹੁਣ ਮੈਂ ਕੋਈ ਨਹੀਂ ਛੱਡਣੇ ਵੇਖ ਲਿਆ, ਹੁਣ ਮੈਂ ਆਖਾਂ ਮੈਂ ਤੁਹਾਡੇ ਮੌਲਵੀ ਨੂੰ ਦੇਣੇ ਨੇ, ਐਡਾ ਵੈਰ ਮੌਲਵੀ ਆਪਣੇ ਨਾਲ ਹੁੰਦਾ, ਹੁਣ ਮੈਂ ਕੋਈ ਨਹੀਂ ਛੱਡਣਾ, ਯਾਰ ਮੇਰੀ ਗੱਲ ਝੂਠੀ ਕਰ ਦੇ ਸੱਟੋ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਇਹ ਆਦਤ ਨਾ ਪਾਓ। ਇੱਕ ਹੁੰਦੇ ਨੇ ਮੌਲਵੀ, ਇੱਕ ਹੁੰਦੇ ਨੇ ਮੁੱਲ ਵਾਣੇ, ਮੈਂ ਮੁੱਲ ਵਾਣਾ ਨਹੀਂ, ਮੈਂ ਫਕੀਰ ਹਾਂ, ਮੈਨੂੰ ਪੀਰ ਨੇ ਇਤਨਾ ਦਿੱਤਾ ਹੈ ਕਿ ਮੈਨੂੰ ਇਹੋ ਜਿਹੀ ਮੁਤਾਜੀ ਹੈ। ਇੱਕ ਹੁੰਦੇ ਨੇ ਨਾਥ ਖਾਨ, ਉਹ ਤਾਂ ਸੁਣਿਆ ਕਰੋ, ਨਾਥ ਫਰੋਸ਼ ਨਾ ਸੁਣਿਆ ਕਰੋ, ਇੱਕ ਫਿਕਰਾ ਬਾਰ 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 ਪੜ੍ਹਦੇ ਰਹਿੰਦੇ ਨੇ, ਮਦੀਨੇ ਜਾਵਾਂ ਅਤੇ ਮੁੜ ਕੇ ਨਾ ਆਵਾਂ, ਮਦੀਨੇ ਜਾਵਾਂ। ਉਹ ਇੱਕ ਬੰਦਾ ਉੱਠ ਕੇ ਆਉਂਦਾ, ਕਿਰਾਇਆ ਤੇਰਾ ਪਿਓ ਦੇਵੇਗਾ, ਇਤਨੀ ਵਾਰੀ ਤੂੰ ਜਾਂਦਾ ਪਿਆ ਅਤੇ ਆਉਂਦਿਆ ਪਿਆ। ਇਹ ਆਦਤ ਸਾਡੀ ਬਣ ਗਈ, ਆਪ ਅਮਲ ਨਹੀਂ ਕਰਨਾ, ਅੱਲਾ ਦੀ ਜ਼ਾਤ ਸਾਨੂੰ ਵੀ ਅਮਲ ਦੇ ਤੋਫੀਕ ਦੇ। ਉੱਤੇ ਬਹਿਣ ਨਾਲ ਬੰਦਾ ਚੰਗਾ ਨਹੀਂ ਬਣ ਜਾਂਦਾ, ਹੀਰੇ ਮੋਤੀ ਹੇਠਾਂ ਹੁੰਦੇ ਨੇ, ਕਾਹ ਕਾਨਾ ਉੱਤੇ ਹੁੰਦਾ। ਜਿਹੜਾ ਤਕਰੀਰ ਕਰਦਾ ਹੈ ਇਹ ਡੋਈ ਹੈ, ਸੁਣਨ ਵਾਲੇ ਬਰਤਨ ਨੇ, ਡੋਈ ਉਦੋਂ ਕੱਢਿਆ ਸਾਲਾਂ ਅਤੇ ਬਰਤਨ ਖਵਾ ਜਾ, ਡੋਈ ਨੂੰ ਕੀ ਫਾਇਦਾ ਹੋਇਆ, ਉਹ ਚੱਕੇ। ਇਹ ਹੈ ਤਕਰੀਰ ਕਰਨ ਵਾਲਾ ਬੰਦਾ, ਜੇ ਆਪ ਅਮਲ ਨਹੀਂ ਕਰਦਾ ਇਹਨੂੰ ਕੋਈ ਫਾਇਦਾ ਨਹੀਂ, ਭਾਵੇਂ ਲੋਕ ਵਾਹ 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 ਕਰਨਗੇ ਫਾਇਦਾ ਕੋਈ ਨਹੀਂ। ਅਤੇ ਸੁਣਨ ਵਾਲਿਆਂ ਵਿੱਚੋਂ ਕਿਸੇ ਅਮਲ ਨਾ ਕੀਤਾ, ਇਹ ਉਹ ਬਰਤਨ ਨੇ ਜਿਹਨਾਂ ਵਿੱਚ ਸਾਲਣ ਤਾਂ ਪਿਆ ਪਰ ਨਸੀਬ ਇਹਨਾਂਦੇ ਵੀ ਕੋਈ ਨਾ ਹੋਇਆ। ਫਾਇਦਾ ਉਹਨੂੰ ਹੁੰਦਾ ਹੈ ਜਿਹੜਾ ਖਾਂਦਾ ਹੈ, ਜਿਹੜਾ ਅਮਲ ਕਰਦਾ, ਭਾਵੇਂ ਸੁਣਨ ਵਾਲਿਆਂ 'ਚ ਹੋਵੇ, ਬਾਹਰ ਬੈਠਾ ਕੁਛ ਸੁਣਦਾ ਹੈ ਉਹ ਅਮਲ ਕਰ ਲੈਂਦਾ, ਕਈ ਦੂਰ ਬੈਠੇ ਕਰੀਬ ਨੇ, ਕਈ ਕਰੀਬ ਬੈਠੇ ਵੀ ਦੂਰ ਨੇ, ਕਈ ਘਰ ਬੈਠੇ। ਇੱਕ ਥਾਂ 'ਤੇ ਮੈਂ ਜੁਮਾ ਪੜ੍ਹਾਇਆ, ਜੁਮਾ ਦਿਨੇ ਦਿਨੇ ਹੋ ਜਾਂਦਾ, ਮੈਂ ਉੱਥੋਂ ਕਿਤੇ ਲੰਘਿਆ, ਉੱਥੋਂ ਮੈਂ ਜੁਮਾ ਪੜ੍ਹਾਇਆ ਅਤੇ ਮੈਂ ਚਲਾ ਗਿਆ। 8 ਸਾਲਾਂ ਪਿੱਛੋਂ ਇੱਕ ਬੰਦਾ ਮੈਨੂੰ ਮਿਲਿਆ, ਮੈਨੂੰ ਲੱਭਦਾ ਲੱਭਦਾ ਕਿਸੇ ਘਰ ਮੈਂ ਬੈਠਾ, ਉੱਥੇ ਮੈਂ ਤਬਰੀਕ 'ਤੇ ਗਿਆ, ਉਸ ਆਖਿਆ ਜੀ ਮੈਨੂੰ 8 ਸਾਲ ਹੋ ਗਏ ਤੁਹਾਨੂੰ ਲੱਭਦੇ ਨੂੰ, ਮੈਂ ਦਾੜੀ ਮਨਿੰਦਾ ਹੁੰਦਾ, ਹੁੱਕਾ ਪੀਂਦਾ ਹੁੰਦਾ, ਤੁਹਾਡੀ ਮੈਂ ਤਕਰੀਰ ਜਿਤਨਾ ਚਿਰ ਸ਼ੁਰੂ ਰਹੀ ਹੈ ਤਾਂ ਮੈਂ ਘਰ ਬੈਠ ਕੇ ਤਾਂ ਰੋਂਦਾ ਰਿਹਾ, ਮੈਂ ਮਸੀਤੇ ਨਾ ਜਾਂਦਾ ਹੁੰਦਾ, ਫਿਰ ਮੈਂ ਤੁਹਾਨੂੰ ਲੱਭਣਾ ਸ਼ੁਰੂ ਕੀਤਾ। ਉਹ ਖਾਨ ਮਿਸਤਰੀ ਦਾ ਘਰ ਮੈਨੂੰ ਆਉਣ ਮਿਲਿਆ, ਹੁਣ ਪਤਾ ਨਹੀਂ ਕੀ ਹੁੰਦਾ ਹੈ ਕਿ ਫੌਤ, ਜਿਹੜਾ ਸੁਣਿਆ ਉਹਨੂੰ ਅਸਰ ਹੋਵੇ। ਅਤੇ ਕਈ ਵਾਰ ਇੰਝ ਹੁੰਦਾ, ਕਾਲੀਸਾ ਫਰਮਾਇਆ ਨਾ ਵੀ ਨਾਰਾ ਨਾ ਮਰਿਆ, ਅਸੀਂ ਨਾਰੇ ਦੇ ਖਿਲਾਫ ਨਹੀਂ ਹਾਂ, ਬੰਦੇ ਗਲਤ ਅਸਰ ਲੈ ਲੈਂਦੇ, ਬੇਅਦਬੀ ਨਹੀਂ ਮਹਿਫਲ ਦੀ ਮਸਜਿਦ ਦੀ, ਅਲ ਖੁਦਾ ਸਾਹਿਬ ਤੁਫੀਕੇ ਅਦਬ, ਬੇਅਦਬ ਮਹਰੂਮ ਮਾਂਦ ਲੁਤਫੇ ਰੱਖ, ਬੇਅਦਬ ਖੁਦਾ ਦੀ ਰਹਿਮਤ ਕੋਲ ਖਾਲੀ ਰਹਿੰਦਾ, ਕਿਸੇ ਨਬੀ ਵਲੀ ਜਾਂ ਪੀਰ ਪੈਗੰਬਰ ਨੂੰ ਕੀ ਦੇਣਾ। ਨਾਰੇ ਮਾਰੋ ਜਿਸ ਨਾਰਿਆਂ ਦਾ ਟਾਈਮ ਹੋ, ਗੁਲਾਮ ਹੈ ਗੁਲਾਮ ਹੈ ਨਬੀ ਕੇ ਗੁਲਾਮ ਹੈ, ਸਾਰੀ ਉਮਰ ਵੀ ਆਉਂਦਾ ਰਹੇ ਗੁੜ ਗੁੜ ਗੁੜ, ਅਤੇ ਜੇ ਖਾਵੇਂ ਨਾ ਤਾਂ ਮੂੰਹ ਮਿੱਠਾ ਹੋ ਜਾਵੇ। ਉਹ ਮੂੰਹ ਮਿੱਠਾ ਤਾਂ ਉਦੋਂ ਹੋਣਾ ਜਦੋਂ ਖਾਣਾ ਹੀ, ਨਬੀ ਦਾ ਗੁਲਾਮ ਬਣ ਜਾ, ਦਰਿਆ ਲਈ ਰੁੱਕਾ ਲਿਖ ਦੇਣੀ ਤਾਂ ਦਰਿਆ ਨੂੰ ਪਤਾ ਲੱਗ ਜਾਂਦਾ ਨਬੀ ਦੇ ਗੁਲਾਮ ਦਾ ਰੁੱਕਾ। ਨਮਾਜ਼ 5 ਵਕਤ ਪੜ੍ਹੋ, ਬੁਰੀ ਸੋਬਤ ਤੋਂ ਪਰਹੇਜ਼ ਕਰੋ। ਜੇ ਤੂੰ ਨੇਕੀਆਂ ਨਹੀਂ ਕਰ ਸਕਦਾ, ਇਮਾਮ ਗਜ਼ਾਲੀ ਫਰਮਾਉਂਦੇ ਨੇ, ਤਾਂ ਨਾ ਕਰ।
ਕੰਮ ਅਜ ਕੰਮ ਗੁਨਾਹ ਤਾਂ ਨਾ ਕਰ। ਇਹ ਰਿਆਇਤ ਮੈਂ ਨਹੀਂ ਦੇ ਸਕਦਾ, ਇਮਾਮ ਗਜ਼ਾਲੀ ਫਰਮਾਉਂਦੇ ਪਏ, ਗੁਨਾਹ ਨਾ ਕਰ, ਗੁਨਾਹ ਆਲਮ ਬਣਨ ਨੂੰ ਨਹੀਂ ਛੁੱਟ ਦਿੰਦੇ। ਐਮ ਏ ਕਰ ਲਓ ਤਾਂ ਗੁਨਾਹ ਨਹੀਂ ਛੁੱਟਦੇ, ਜਾਂ ਕਿਸੇ ਛੱਡੇ ਨੇ ਦੱਸ ਦਿਓ। ਮਿਰਜ਼ਾ ਕਾਦਿਆਨੀ ਆਲਮ ਹਨ, ਫੈਜ਼ੀ ਅਤੇ ਫਿਆਜ਼ੀ ਆਲਮ ਹਨ, ਬੜੇ ਵੱਡੇ ਆਲਮ ਹਨ। ਇਬਨ ਸਕਾ ਆਲਮ ਹਨ, ਕਰੂਨ ਹਾਫਜ਼ ਵੀ ਆ ਅਤੇ ਆਲਮ ਵੀ। ਉਹ ਕਿਸੇ ਕੋਲ ਗੁਨਾਹ ਛਡਾ ਸਕੇ, ਆਪਣਾ ਇਮਾਨ ਵੀ ਖੜਾ ਬੈਠ। ਤੂੰ ਦਿਨ ਰਾਤ ਮਿਹਨਤ ਕਰਨਾ ਕਿ ਮੈਂ ਅਮੀਰ ਹੋ ਜਾਵਾਂ, ਹੋਇਆ ਤਾਂ ਨਾ, ਕਦੋਂ ਤਾਂ ਲੱਗਾ, ਕੋਈ ਵੀ ਸੋਚ ਲਓ, ਅਤੇ ਜਿਹੜੇ ਤੂੰ ਇਕੱਠੇ ਕਰ ਲੈ ਇਹ ਤੇਰੇ ਤਾਂ ਹੈ ਨਹੀਂ। ਸਾਡੇ ਤਾਂ ਕਫਨ ਵੀ ਕਿਸੇ ਘਰੋਂ ਮਿਲਦਾ। ਦੂਆ ਰਿਵਾਜ ਤੁਸੀਂ ਵੇਖਦੇ ਹੀ ਹੋ ਨਾ, ਘਰ ਦੇ ਗੁੱਟ ਕਿਉਂ ਬੰਨ ਛੱਡਦੇ, ਗੁਸਲ ਕੋਈ ਦਿੰਦਾ, ਇਹ ਜਿਨ੍ਹਾਂ ਨੂੰ ਖਵਾਈਂਦਾ ਪਿਆ ਇਹ ਮਿੱਟੀ ਡਾਲ ਦਿੰਦਾ। ਅੱਜ ਜ਼ਿੰਦਗੀ ਕਾ ਰਾਜ ਹੈ, ਜੋ ਕਰਨਾ ਕਰ ਲਓ ਆਜ ਹੈ, ਕੱਲ੍ਹ ਮਰ ਗਿਓ ਮੁਹਤਾਜ ਹੈ, ਨੇਕੀ ਕਮਾ ਅੱਜ ਵਕਤ ਹੈ। ਤੁਹਾਨੂੰ ਮੈਂ ਇੱਕ ਵਜ਼ੀਫਾ ਦੱਸਣਾ, ਉਹ ਕਰਿਆ ਕਰੋ। ਆਹ ਜਿਹੜੇ ਬੰਦੇ ਮੇਰੇ ਨਾਲ ਫਿਰਦੇ ਨੇ ਨਾ, ਇਹ ਮੇਰੇ ਇਲਾਕੇ ਦੇ ਨਹੀਂ ਹੈ, ਇਹ ਇੱਦਾਂ ਹੀ ਆਣ ਕੇ ਮੁਰੀਦ ਹੋਏ ਨੇ। ਕਈਆਂ ਦੇ ਮੈਂ ਨਾਮ ਹੀ ਨਹੀਂ ਜਾਣਦਾ, ਇਹਨਾਂ ਕੋਲੋਂ ਪੁੱਛੋ ਇਕੱਲੇ ਇਕੱਲੇ ਤੋਂ। ਬੈ ਪਹਿਲਾਂ ਤੁਸੀਂ ਇੰਝ ਹੀ ਹੁੰਦੇ ਹੋ, ਕਿਤਨੀ ਵਾਰੀ ਪੁਲਿਸ ਦੇ ਬੰਦੇ ਮੈਨੂੰ ਜੇਲ੍ਹ 'ਚ ਲੈ ਗਏ, ਉੱਥੇ ਤਬਲੀਗ ਕਰੋ। ਡੀ ਪੀ ਓ ਆ ਸਿਆਲਕੋਟ ਦਾ ਵਕਾਰ ਚੌਹਾਨ, ਉਸ ਮੈਨੂੰ ਬੁਲਾਇਆ, ਮੈਨੂੰ ਪੁੱਛਦਾ ਇਹ ਤਾਂ ਚੋਰ ਪੁਲਿਸ ਦੀ ਮਾਰ ਨਾਲ ਵੀ ਚੋਰੀਆਂ ਨਹੀਂ ਛੱਡਦੇ, ਅਤੇ ਤੇਰੇ ਕੋਲ ਕੀ ਕਸੌਟੀ ਹੈ? ਹਾਂ, ਮੇਰੇ ਕਈ ਸਿਪਾਹੀ ਨੇ, ਥਾਣੇਦਾਰ ਨੇ, ਉਹ ਰਿਸ਼ਵਤ ਨਹੀਂ ਲੈਂਦੇ। ਮੈਂ ਆਖਿਆ ਜੀ ਮੈਂ ਇੱਕ ਵਜ਼ੀਫਾ ਦੱਸਣਾ, ਜਿਹੜਾ ਉਹ ਕਰਦਾ ਹੈ ਉਹਨੂੰ ਫਾਇਦਾ ਹੋ ਜਾਂਦਾ, ਉਹ ਮੁੜਾਂ ਦਾ ਮੈਨੂੰ ਦੱਸੋ। ਮੈਂ ਕਿਹਾ ਉਹ ਪੇਟ ਤੋਂ ਕੱਪੜਾ ਚੋਣਾ ਪਾਉਣਾ, ਉਹ ਆਉਂਦਾ ਮੁੜ ਉਸ ਕਮਰੇ 'ਚੋਂ ਚਲੇ, ਅਤੇ ਸ਼ਰਮ ਆਉਂਦੀ ਹੈ ਨਾ, ਅਤੇ ਸ਼ਰਮ ਇਮਾਨ ਦੀ ਨਿਸ਼ਾਨੀ। ਭਾਵੇਂ ਪੁਲਿਸ ਦਾ ਹੈ, ਭਾਵੇਂ ਡਾਕਟਰ ਹੈ, ਟੀਚਰ ਹੈ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਮੌਲਵੀ ਵੀ ਇੱਕੋ ਜਿਹੇ, ਸਾਰੇ ਪੀਰ ਵੀ ਇੱਕੋ ਜਿਹੇ। ਨਾ ਹਰ ਜ਼ਨ ਜ਼ਨਸਤ, ਨਾ ਹਰ ਮਰਦ ਮਰਦ, ਖੁਦਾ ਪੰਜਾਂ ਕੁਛ ਤੇ ਯਕਸਾਂ ਨਾ ਕਰ। ਸਾਰੀਆਂ ਔਰਤਾਂ ਔਰਤਾਂ ਨਹੀਂ ਆਉਂਦੀਆਂ, ਅਤੇ ਸਾਰੇ ਮਰਦ ਮਰਦ ਨਹੀਂ ਹੁੰਦੇ। ਮੈਂ ਤਕਲੀਫ ਨਾ ਬੋਲਦਾ ਪਿਆ, ਮੇਰੀ ਜ਼ਬਾਨ ਨੂੰ ਦੇਖੋ ਦੰਦ ਲੱਗੇ ਨੇ, ਉਹ ਦੰਦ ਹੁਣ ਤਾਂ ਝੜ ਗਏ ਨੇ, ਨਾਣ ਚੜਾਏ ਨਾ, ਮੁਸ਼ਕਲ ਨਾ ਬੋਲ ਰਿਹਾ ਹੁਣ। ਇਤਨੇ ਬੰਦੇ ਆਏ ਨੇ, ਜੇ ਇੱਕ ਵੀ ਅਮਲ ਕਰ ਜਾਵੇ ਇਸ ਪੂਰੀ ਮਹਿਫਲ 'ਚ, ਸਾਰੀ ਮਹਿਫਲ ਬਖਸ਼ੀ ਜਾਵੇ। ਦੂਜੀ ਗੱਲ ਇਹ ਵੀ ਅਸੀਂ ਬਖਸ਼ੇ ਗਏ, ਫਖਰ ਨਹੀਂ। ਨਬੀ ਕਰੀਮ ਦੀ ਹਦੀਸ ਤੁਹਾਨੂੰ ਯਕੀਨ ਹੈ, ਹਦੀਸ ਖੁਦ ਸੀ, ਅੱਲਾਹ ਤਾਲਾ ਫਰਮਾਉਂਦੇ ਨੇ ਜਦੋਂ ਮੁਖਤਲਿਫ ਇਲਾਕਿਆਂ ਦੇ ਲੋਕ, ਮੁਖਤਲਿਫ ਰੰਗੋ ਨਸਲ ਦੇ ਲੋਕ ਮੇਰੀ ਯਾਦ ਵਾਸਤੇ ਇਕੱਠੇ ਹੁੰਦੇ ਨੇ, ਕੋਈ ਸਿਆਸੀ ਗੁਫ਼ਤਗੂ ਨਹੀਂ ਕਰਦੇ, ਕਿਸੇ ਫਿਰਕੇ ਦੇ ਖਿਲਾਫ਼ ਨਹੀਂ ਬੋਲਦੇ, ਉਹਨਾਂ ਨੂੰ ਮੈਂ ਉੱਠਣ ਤੋਂ ਪਹਿਲੇ ਬਖਸ਼ ਦਿੰਦਾ। ਅੱਲਾਹ ਦੇ ਵਾਅਦੇ ਸੱਚੇ ਨੇ, ਫਿਰ ਅਸੀਂ ਕਸਮ ਉਠਾ ਸਕਦੇ ਹਾਂ ਵੀ ਅਸੀਂ ਬਖਸ਼ੇ ਗਏ। ਇਹ ਅੱਲਾਹ ਦਾ ਵਾਅਦਾ ਕਿ ਮੈਂ ਉਹਨਾਂ ਨੂੰ, ਤੁਸੀਂ ਦੱਸੋ ਕੋਈ ਸਿਆਸੀ ਗੁਫ਼ਤਗੂ ਕੀਤੀ, ਕਿਸੇ ਫਿਰਕੇ ਦੇ ਖਿਲਾਫ਼ ਬੋਲੇ? ਜਿਤਨਾ ਮੈਂ ਤੁਹਾਡੇ ਖਿਲਾਫ਼ ਬੋਲਿਆ ਉਤਨਾ ਮੈਂ ਆਪਣੇ ਖਿਲਾਫ਼ ਬੋਲਿਆ। ਨਸੀਬ ਆਪਣਾ ਆਪਣਾ ਹੁੰਦਾ, ਜਿਹੜਾ ਅਮਲ ਕਰ ਜਾਵੇਗਾ ਫਾਇਦਾ ਉਹਨੂੰ ਹੋਵੇਗਾ, ਨਹੀਂ ਕਰੇਗਾ ਉਹਦੀ ਮਰਜ਼ੀ। ਫਕੀਰਾਂ ਨਾਲ ਆਏ,
ਸਦਾ ਕਰ ਚੱਲੇ, ਮੀਆਂ ਖੁਸ਼ ਰਹੋ ਹਮ ਦੁਆ ਕਰ ਚੱਲੇ। ਇੱਥੇ ਖੱਬੇ ਪਾਸੇ ਲਤੀਫਾ ਤਲਬ ਹੁੰਦਾ, ਜਿਹਨੂੰ ਆਪਾਂ ਦਿਲ ਆਖਦੇ ਹਾਂ, ਆਪਣੇ ਦਿਲ 'ਚ ਪੜ੍ਹਨਾ। ਅੱਲਾਹ 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 ਅੱਲਾਹ, ਅੱਲਾਹ ਦਾ ਨਾਂ ਆਪਣੇ ਦਿਲ ਵਿੱਚ ਪੜ੍ਹਨਾ। ਜਿਵੇਂ ਪਿਆਸ ਲੱਗੀ ਹੋਵੇ ਤਾਂ ਬੰਦਾ ਜ਼ਬਾਨ ਨਾਲ ਪਾਣੀ 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 ਤਾਂ ਨਹੀਂ ਆਖ ਜਾਂਦਾ, ਲੇਕਿਨ ਖਿਆਲ ਪਾਣੀ ਲੈਂਦਾ। ਇਸੇ ਤਰ੍ਹਾਂ ਇਹਨੂੰ ਖਿਆਲ 'ਚ ਕਰਨਾ, ਜ਼ਿਕਰ ਨੂੰ। ਅੱਲਾਹ ਅੱਲਾਹ ਅੱਲਾਹ, ਜ਼ਿਕਰੇ ਅੰਮਾ ਰਾਬ ਵੱਧ ਜ਼ਿਕਰੇ ਜ਼ੁਬਾਂ, ਜ਼ਿਕਰੇ ਖਾਸਾਂ ਬਾਸ਼ਦਸ ਦਿਲ ਬੇਗੁਮ। ਆਮ ਲੋਕਾਂ ਦਾ ਜ਼ਿਕਰ ਜ਼ੁਬਾਨ ਨਹੀਂ, ਜਿਹੜੇ ਅੱਲਾਹ ਦੇ ਖਾਸ ਬੰਦੇ ਹੁੰਦੇ ਨੇ ਉਹ ਦਿਲ ਦਾ ਜ਼ਿਕਰ ਕਰਦੇ ਨੇ। ਮੋਮਨਾ ਜ਼ਿਕਰੇ ਖੁਦਾ ਦਿਸ ਯਾਰ ਗੋ, ਤਾਬ ਯਾਬੀ ਦਰਦ ਆਲਮ ਆਬਰੂ। ਹੈ ਮੋਮਨ, ਜੇ ਦੋ ਜਹਾਨ ਦੀ ਕਾਮਯਾਬੀ ਚਾਹਨਾ ਤਾਂ ਅੱਲਾਹ ਦਾ ਜ਼ਿਕਰ ਜ਼ਿਆਦਾ ਕਰਿਆ ਕਰ। ਜ਼ਬਾਨ ਨੌਕਰ ਹੈ, ਨੌਕਰ ਹੀ ਬੂਹੇ ਕੇ ਖਲੋਂਦੇ ਨੇ ਨਾ, ਮਾਲਕ ਤਾਂ ਨਹੀਂ ਖਲੋਂਦਾ। ਇਹ ਕੁਰਾਨ ਵੀ ਪੜ੍ਹਦੀ ਜ਼ਬਾਨ, ਨਾਤ ਵੀ ਪੜ੍ਹਦੀ, ਦਿਲ ਦਾ ਆਡਰ ਆਇਆ ਗਾਲਾਂ ਕੱਢ। ਇਹ ਕੁਰਾਨ ਛੱਡ ਦੇਵੇਗੀ, ਇਹ ਗਾਲਾਂ ਕੱਢੇ। ਕੰਨਾਂ ਨੂੰ ਦਿਲ ਲਾ ਕੇ ਗਾਣੇ ਸੁਣ, ਭਾਵੇਂ ਉਹ ਪੀਰ ਹੋਵੇ ਭਾਵੇਂ ਅਲਾਮਾ ਹੋਵੇ, ਉਹ ਗਾਲਾਂ ਕੱਢੇ। ਜਦੋਂ ਟੈਂਕੀ ਵਿੱਚ ਪਾਣੀ ਸਾਫ਼ ਹੋ ਜਾਂਦਾ ਤਾਂ ਜਿਹੜੀ ਟੂਟੀ ਵੀ ਖੁੱਲ੍ਹ ਹੋਵੇ ਪਾਣੀ ਸਾਫ਼ ਆਵੇ। ਟੈਂਕੀ ਕੀ ਹੈ? ਦਿਲ। ਦਿਲ 'ਚ ਸਾਫ਼ ਹੋ ਗਿਆ ਬਜ਼ੁਰਗ ਬਣ ਗਿਆ। ਦਿਲ ਵਾਲਾਂ ਸਫੈਦਾਂ ਨਾਲ ਨਹੀਂ ਗੱਲ ਬਣਦੀ, ਦਿਲ ਸਫੈਦ ਤਾਂ ਗੱਲ ਬਣਦੀ। ਉਹ ਕਿਵੇਂ ਸਾਫ਼ ਹੁੰਦਾ? ਮਲ ਮਲ ਕੇ ਨਾਵਣ ਨਾਲ ਨਹੀਂ। ਲੇ ਕੁੱਲੇ ਸ਼ੈਨ ਸ਼ਿਕਾਲਾ ਤੁਹਾਨੂੰ ਬਸ ਸ਼ਿਕਾਲਾ ਤੁਹਾਨੂੰ ਕਲੂਬ ਜ਼ਿਕਰ ਅੱਲਾ ਓ ਕਮਾ ਕਾਲਾ ਰਸੂਲ ਅੱਲਾ ਸੱਲੱਲਾ ਅਲੈਹਿ ਵਸੱਲਮ। ਮੇਰੇ ਆਕਾ ਨੇ ਫਰਮਾਇਆ, ਹਰ ਸ਼ੈ ਨੂੰ ਸਾਫ਼ ਕਰਨ ਵਾਸਤੇ ਕੋਈ ਨਾ ਕੋਈ ਸ਼ੈ ਹੁੰਦੀ, ਦਿਲਾਂ ਨੂੰ ਸਾਫ਼ ਕਰਨ ਵਾਸਤੇ ਅੱਲਾਹ ਦਾ ਜ਼ਿਕਰ ਹੈ, ਆਪਣੇ ਦਿਲ 'ਚ ਪੜ੍ਹਨਾ। ਅੱਲਾਹ ਅੱਲਾਹ ਅੱਲਾਹ, ਕੋਲ ਬੈਠੇ ਨੂੰ ਨਹੀਂ ਪਤਾ ਲੱਗਦਾ। ਦਸਤਬਕਾਰ ਦਿਲ ਬਾਯਾਰ, ਹੱਥ ਕਾਰ ਕੀ ਤਰਫ, ਦਿਲ ਪਰਵਰ ਦੀ ਗਾਰ ਕੀ ਤਰਫ। ਹੱਥਾਂ ਨਾਲ ਕੰਮ ਕਰੋ, ਦਿਲ ਵਿੱਚ ਅੱਲਾਹ ਨੂੰ ਯਾਦ ਕਰੋ। ਨਮਾਜ਼ 5 ਵਕਤ ਪੜ੍ਹੋ, ਆਪਣੀਆਂ ਬੀਵੀਆਂ ਨਾਲ ਤਸ਼ੱਦਦ ਨਾ ਕਰੋ। ਮੇਰੇ ਆਕਾ ਨੇ ਫਰਮਾਇਆ, ਤੁਹਾਡੇ ਵਿੱਚ ਉਹ ਬੰਦਾ ਚੰਗਾ ਹੈ ਜਿਹੜਾ ਆਪਣੀਆਂ ਬੀਵੀਆਂ ਨਾਲ ਅੱਛਾ ਸਲੂਕ ਕਰਦਾ, ਔਰ ਮੈਂ ਅੱਛਾ ਸਲੂਕ ਕਰਨਾ। ਹਜ਼ੂਰ ਨੇ ਫਰਮਾਇਆ, ਇਹ ਨਹੀਂ ਆਖਿਆ ਕਿ ਲੋਕ ਮੈਨੂੰ ਆਖਣਗੇ ਰਨ ਮੁਰੀਦ। ਕਈ ਗੁਨਾਹ ਤਾਂ ਅਸੀਂ ਸ਼ਰਮ ਤੋਂ ਕਰ ਜਾਂਦੇ, ਤੈਨੂੰ ਉਦੋਂ ਸਮਝ ਲੱਗਣੀ ਹੈ ਜਦੋਂ ਤੇਰੀ ਧੀ ਕਿਸੇ ਦੇ ਘਰ ਗਏ, ਤੈਨੂੰ ਤਕਰੀਰਾਂ ਨਾਲ ਅਸਰ ਨਹੀਂ ਹੁੰਦਾ, ਉਦੋਂ ਤੈਨੂੰ ਖਿਆਲ ਆਉਣਾ ਕਿ ਮੈਂ ਜ਼ਿਆਦਤੀ ਕਰਦਾ। ਖਾਸ ਕਰਕੇ ਜਿਨ੍ਹਾਂ ਦੇ ਮਾਪੇ ਕਮਜ਼ੋਰ ਨੇ, ਜਿਨ੍ਹਾਂ ਦਾ ਮਾਂ ਪਿਓ ਮਰਿਆ ਹੈ, ਉਹਨੂੰ ਤਾਂ ਗੱਲ ਗੱਲ ਨਾਲ ਸੱਸ ਵੀ ਆਉਂਦੀ ਹੈ, ਬੰਦਾ ਵੀ ਆਉਂਦਾ ਹੈ, ਚੁੱਕ ਲਾ ਬੱਚੇ ਤਾਂ ਜਾ ਪੇਕਿਆਂ ਦੇ ਘਰ ਚਲੀ ਜਾ। ਉਹਨੂੰ ਪਤਾ ਹੈ ਇਹਦੇ ਵਾਲਦਨ ਨਹੀਂ ਸਾਂਭ ਸਕਣ। ਨਫਸ ਮਾਰਾ ਕੰਮ ਕਰਜ਼ ਫਿਰ ਆਉਣ ਨੇਸਤ, ਲੇਖ ਊਰਾ ਊਨ ਮਾਰਾ ਊਨ ਨੇਸਤ। ਕਿਸੇ ਬੰਦੇ ਦਾ ਨਫਸ ਫਿਰ ਆਉਣ ਤੋਂ ਘੱਟ ਨਹੀਂ, ਪਰ ਉਹਦੇ ਕੋਲ ਸਾਜ਼ੋ ਸਮਾਨ ਆ ਦੁਨੀਆ ਦਾ, ਸਾਨੂੰ ਤਾਂ ਗਰੀਬੀ ਸੂਫੀ ਕੀਤੀ ਬੈਠੀ, ਫਿਰਾਉਣ ਨਾਲ ਘੱਟ ਨਹੀਂ ਅਸੀਂ। ਫਿਰਾਉਣ ਪਹਿਲੇ ਬੜਾ ਨੇਕ ਹੁੰਦਾ, ਤਹੱਜਦ ਗੁਜ਼ਾਰ ਹੁੰਦਾ, ਜਿਸ ਪੈਸਾ ਆਇਆ ਹੁੰਦਾ, ਬਾਦਸ਼ਾਹ ਹੀ ਹੈ, ਫਿਰ ਖਰਾਬ। ਦੁਨੀਆ ਦੀ ਜ਼ਿੰਦਗੀ ਵਾਸਤੇ, ਦੁਨੀਆ ਦੀ ਜ਼ਿੰਦਗੀ ਕੀ ਸ਼ਾਇਦ ਬੇੜੀ, ਬੇੜੀ ਵਾਸਤੇ ਪਾਣੀ ਜ਼ਰੂਰੀ ਹੈ। ਪਾਣੀ ਕੀ ਹੈ? ਦੌਲਤ ਹੈ। ਅਤੇ ਜੇ ਥੋੜ੍ਹਾ ਪਾਣੀ ਹੋਵੇ ਤਾਂ ਬੇੜੀ ਮੁਸ਼ਕਿਲ ਨਾਲ ਚੱਲਦੀ ਹੈ,
ਮਲਾਹ ਦੇ ਬਾਜ਼ੂ ਥੱਕ ਜਾਂਦੇ ਨੇ, ਅਤੇ ਜੇ ਪੈਸੇ ਬਹੁਤੇ ਆਉਣ, ਇਹ ਅਮੀਰ ਬੰਦੇ ਦੀ ਜ਼ਿੰਦਗੀ, ਬੇੜੀ ਨੂੰ ਇਸ਼ਾਰਾ ਕਰਦਾ ਹੈ, ਉਹ ਦੌੜੀ ਜਾਂਦੇ। ਪਰ ਯਾਦ ਰੱਖੋ, ਬੇੜੀਆਂ ਜਦੋਂ ਵੀ ਗਰਕ ਹੁੰਦੀਆਂ ਨੇ, ਥੋੜ੍ਹੇ ਪਾਣੀ 'ਚ ਨਹੀਂ ਹੁੰਦੀਆਂ, ਬਹੁਤੇ ਪਾਣੀ 'ਚ ਗਰਕ ਹੁੰਦੀਆਂ। ਕਿਸੇ ਵੀ ਗਰੀਬ ਬੰਦੇ ਖੁਦਾਈ ਦਾਵਾ ਨਹੀਂ ਕੀਤਾ, ਪਰ ਜਿਹੜੀ ਵੀ ਬੇੜੀ ਡੂੰਘੇ ਪਾਣੀ ਚਲੇ ਜਾਵੇ, ਸਾਰੀਆਂ ਡੁੱਬ ਜਾਂਦੀਆਂ ਨਹੀਂ, ਉਹ ਡੁੱਬਦੀ ਹੈ ਜਿਹਦੇ ਅੰਦਰ ਪਾਣੀ ਆ ਜਾਂਦਾ। ਜਿਸ ਬੰਦੇ ਦੇ ਦਿਲ 'ਚ ਮੁਹੱਬਤ ਆ ਜਾਂਦੀ ਨਾ ਦੁਨੀਆ ਦੀ, ਅੱਲਾ ਕਰੇ ਤੇਰੀ ਜੇਬ 'ਚ ਹੋਵੇ, ਬੈਂਕ 'ਚ ਹੋਵੇ, ਲੇਕਿਨ ਦਿਲ 'ਚ ਨਾ ਹੋਵੇ। ਕਰੂਨ ਹਾਫਜ਼ ਵੀ ਆ, ਆਲਮ ਵੀ ਆ, ਉਹਦੇ ਦਿਲ 'ਚ ਮੁਹੱਬਤ ਆ ਗਈ। ਜ਼ਕਾਤ ਦੇ ਮੁਨਕਰ ਹੋ, ਕਿਹਦੇ ਗਏ ਉਹ ਦੌਲਤ, ਜਿੱਥੇ ਤੁਸੀਂ ਰਹਿੰਦੇ ਹੋ ਇਸ ਪਿੰਡ 'ਚ, ਇਹ ਬੰਦੇ ਇੱਥੇ ਆ ਜਾਣਗੇ ਪਹਿਲੇ ਕੋਈ ਨਾ, ਜਿਹੜੇ ਤੂੰ ਵੇਖਿਆ ਹਨ ਉਹ ਵੀ ਨਹੀਂ ਆਉਣਗੇ ਸਾਰੇ। ਇਹੋ ਘਰ ਤੇਰਾ ਪਿਓ ਆਉਂਦਾ ਹੈ, ਮੇਰਾ ਘਰ ਆਏ, ਪੈਲੀ ਮੇਰੀ, ਮੁੜ ਕੇ ਉਹ ਨਾਲ ਲੈ ਗਿਆ, ਕੁਝ ਵੀ ਨਹੀਂ ਲੈਂਦੇ, ਇਹ ਮੁਗਲਤਾ ਹੈ ਸਾਨੂੰ, ਤੇਰਾ ਘਰ ਹੈ ਕਬਰ, ਉਹਦੇ ਵਾਸਤੇ ਤਿਆਰੀ ਕਰ, ਫਿਰ ਤੇਰੀ ਅਕਲ ਸਹੀ। ਇੱਥੇ ਹੁਣ ਮੈਂ ਆਇਆ ਰਾਤ ਦੀ ਰਾਤ, ਅਤੇ ਮੈਂ ਸ਼ਦਾਈ ਹੋਵਾਂਗਾ ਜੇ ਮੈਂ ਇੱਥੇ ਟਾਇਲ ਲਵਾਉਣੀ ਸ਼ੁਰੂ ਕਰ ਦੇਵਾਂ, ਮੈਂ ਰੰਗ ਕਰਾਉਣੀ ਸ਼ੁਰੂ ਕਰ ਦੇਵਾਂ, ਕਰਾਵਾਂਗੇ ਨਹੀਂ। ਮੈਨੂੰ ਪਤਾ ਹੈ ਕਿ ਮੈਂ, ਇਹ ਮੇਰਾ ਘਰ ਨਹੀਂ ਦੋਸਤੋ, ਇਹ ਘਰ ਕਿਸੇ ਦਾ ਵੀ ਨਹੀਂ, ਇੱਥੇ ਅਸੀਂ ਮੁਸਾਫਰ ਆ ਜਾਣਾ, ਇਹਨਾਂ ਘਰ ਦਿਆਂ ਕੱਪੜੇ ਲਾਹ ਲੈਣੇ ਨੇ, ਇਹਨਾਂ ਮੂੰਹ ਗੁੱਟ ਕੇ ਬੰਨ ਛੱਡਣਾ, ਤੈਨੂੰ ਕਬਰ ਛੱਡਣਾ, ਫਿਰ ਤੈਨੂੰ ਖਿਆਲ ਆ ਗਿਆ ਇਤਨੇ ਪੈਸੇ ਜੋ ਮੇਰੇ ਕੋਲ ਫਾਲਤੂ ਹਨ, ਮੈਂ ਕਿਸੇ ਗਰੀਬ ਨੂੰ ਦੇ ਛੱਡਦਾ, ਇਲੈਕਸ਼ਨ 'ਤੇ ਕਿਹੜੇ ਕਿਹੜੇ ਕੱਪੜੇ ਨਾ ਵਰਤਾਏ ਅਤੇ ਬੈਨਰ ਲਗਾਏ, ਕਿਸੇ ਹੇਕ ਗਰੀਬ ਦੇ ਘਰ ਵੀ ਇਸ ਤਰ੍ਹਾਂ ਭੇਜਿਆ ਕਿਸੇ? ਜਾਂ ਤੁਹਾਡੇ ਵਿੱਚੋਂ ਦੱਸੋ, ਤੁਸੀਂ ਤਾਂ ਨੇਕ ਬੰਦੇ ਹੋ ਮਾਸ਼ਾਅੱਲਾ, ਮਸੀਤੇ ਬੈਠੇ, ਕਿਸੇ ਭੇਜਿਆ? ਇਹ ਸਾਨੂੰ ਖਿਆਲ ਹੀ ਕੋਈ ਨਹੀਂ। ਕੋਈ ਜੁਰਾਬ, ਕੋਈ ਜਰਸੀ, ਤੇਰੇ ਮਰਨ 'ਤੇ ਘਰ ਆਉਣਾ, ਕੰਮ ਅਜ਼ ਕੰਮ ਕਿਸੇ ਯਤੀਮ ਨੂੰ ਈਦ 'ਤੇ ਕੱਪੜੇ ਲੈ ਦੇਣੇ ਆ, ਕਿਸੇ ਪੜੋਸੀ ਨਾਲ ਅੱਛਾ ਸਲੂਕ ਕਰੇ ਆ, ਕਿਸੇ ਗਰੀਬ ਬੱਚੀ ਦੇ ਜਹੇਜ਼ 'ਚ ਹਿੱਸਾ ਲੈਣੇ ਆ। ਜਦੋਂ ਤੂੰ ਮਰ ਜਾਵੇਂ ਆ ਨਾ, ਉਹ ਬੱਚੀ ਤੇਰੀ ਕਬਰ ਕੋਲ ਲੰਘਿਆ, ਆਪਣੀ ਔਲਾਦ ਨੂੰ ਆਖਿਆ ਇਹ ਉਸ ਬੰਦੇ ਦੀ ਕਬਰ ਹੈ ਜਿਸ ਮੇਰੇ ਬਾਪ ਦਾ ਹੱਥ ਬਟਾਇਆ, ਕਿ ਕੋਈ ਨਹੀਂ ਮਰਨਾ ਸਾਂ। ਇਹ ਖਿਆਲ ਲਿਆਓ, ਖਿਆਲ ਲਿਆਵੇਂ ਨਾ ਲਿਆਵੇਂ ਮਰ ਤਾਂ ਜਾਣਾ, ਪਰ ਜੇ ਖਿਆਲ ਲਿਆਵੇਂਗਾ ਤਾਂ ਸੰਭਲ ਜਾਵੇਂਗਾ। ਅਤੇ ਮੈਂ ਐਵੇਂ ਪਰਾਈਆਂ ਚੀਜ਼ਾਂ ਨੂੰ ਜੱਫਾ ਮਾਰੀ ਬੈਠੂ। ਅਸੀਂ ਹਰ ਚੰਦ ਦੀ 11ਵੀਂ ਕਰਾਉਂਦੇ ਹਾਂ ਪਸਰੂਰ, ਤੁਹਾਨੂੰ ਦਾਵਤ ਹੈ ਆਏ ਕਰੋ, ਦੁਨੀਆ ਵਾਸਤੇ ਤਾਂ ਅਮਰੀਕਾ ਟੁਰ ਜਾਂਦੇ ਹੋ, ਦੀਨ ਵਾਸਤੇ ਨੇੜੇ ਵੀ ਨਹੀਂ ਆਉਂਦੇ। ਹਰ ਅੰਗਰੇਜ਼ੀ ਦੀ ਪਹਿਲੀ ਤਰੀਫ ਨੂੰ ਤਾਜਦਾਰੇ ਮਦੀਨਾ ਮਸਜਿਦ ਸ਼ਾਬਾਂ ਫਾਟਕ ਦੇ ਕੋਲ ਜਲਸਾ ਉੱਥੇ ਹੁੰਦਾ, ਉੱਥੇ ਅਕਸਰ ਬੱਚੇ ਕੰਮ ਕਰਦੇ ਨੇ, ਆਏ ਕਰ, ਕੀ ਪਤਾ ਕਿਸ ਵਕਤ ਰਹਿਮਤ ਹੋ ਜਾਵੇ। ਜਿੱਥੇ ਮੇਰੇ ਜਲਸੇ ਹੁੰਦੇ ਨਾ, ਮੈਂ ਫਿਰਕਾ ਵਰੀਅਤ ਵਾਲੀ ਗੱਲ ਨਹੀਂ ਕਰਦਾ, ਹੋਰ ਮਸਲੇ ਬੜੇ ਨੇ, ਲੋਕਾਂ ਨੂੰ ਲੜਾਵਾਂ ਵਾਲਾ ਕਿਉਂ ਕਰਨੇ ਆ? ਕਿਤਨੇ ਕਿਤਨੇ ਪੈਸੇ ਦੇ ਕੇ ਲਿਆਉਂਦੇ ਨੇ ਮੌਲਵੀ ਨੂੰ, ਉਹ ਆਣ ਕੇ ਸੁਣਾਉਂਦਾ ਕੀ ਹੈ? ਗਾਲਾਂ, ਬਈ ਜੇ ਗਾਲਾਂ ਸੁਣਨੀਆਂ ਹੈ ਤਾਂ ਇੱਥੋਂ ਕੋਈ ਅਨਪੜ੍ਹ ਬੰਦਾ ਲੈ ਲਿਆ ਕਰ, ਕਿ ਆਲਮ ਦੀਆਂ ਗਾਲੀ ਬਰਕਤ ਵਾਲੀਆਂ ਆਉਂਦੀਆਂ। ਪੈਸੇ ਦੇ ਕੇ ਲਿਆਉਂਦਾ ਅਤੇ ਸੁਣਾਉਂਦਾ ਉਹ ਗਾਲਾਂ,
ਪਹਿਲਾਂ ਤੇਰੇ ਘਰ ਅਸੀਂ ਜਾਂਦੇ ਹਾਂ, ਪੈਸਾ ਵੀ ਕੋਈ ਨਾ ਦੇਵੀਂ, ਉੱਥੇ ਅਸੀਂ ਦਾਹ ਗਾਲਾਂ ਕੱਢ ਦਿੰਦੇ ਹਾਂ, ਤੂੰ ਪਹਿਲੀ ਗਾਲ 'ਤੇ ਬੋਲ ਪਾਉਂਦਾ। ਮੌਲਵੀ ਜੀ ਘਰ ਇਹ ਅੱਲਾਹ ਦਾ ਘਰ, ਇਹਦੇ ਵਿੱਚ ਉੱਚਾ ਬੋਲਣਾ ਵੀ ਮਨਾ। ਜਿਹੜੀ ਤਕਰੀਰ ਕਰਦੇ ਨੇ ਜੋਸ਼ 'ਚ, ਇਹ ਉਹਨਾਂ ਦਾ ਕੋਈ ਫਨ ਹੈ? ਵੈਸੇ ਕਿਸੇ ਬਜ਼ੁਰਗ ਦੇ ਇਹ ਤਰੀਕਾਕਾਰ ਨਹੀਂ ਗਿਆ। ਗੌਸ ਪਾਕ ਪੀਰਾਂ ਨੇ ਪੀਰ ਸ਼ੇਖ ਅਬਦੁਲ ਕਾਦਰ ਜਿਲਾਨੀ ਮਹਬੂਬੇ ਸੁਬਹਾਨੇ 11ਵੀਂ ਵਾਲਾ ਪੀਰ, ਸਪੀਕਰ ਵੀ ਕੋਈ ਨਾ ਹੁੰਦੇ, ਆਹਿਸਤਾ ਆਹਿਸਤਾ ਬੋਲਦੇ ਹਨ ਅਤੇ ਮੀਲਾਂ ਵਿੱਚ ਆਵਾਜ਼ ਜਾਂਦੀ ਹੈ। ਜ਼ੋਰ ਨਾਲ ਬੋਲਿਆ ਅਸਰ ਨਹੀਂ ਹੋ ਜਾਣਾ, ਆਹਿਸਤਾ ਆਹਿਸਤਾ ਬੋਲੇ। ਮੇਰੇ ਆਕਾ ਕਿਵੇਂ ਬੋਲਦੇ ਹਨ, ਅਬਾ ਬਕਰ ਸਦੀਕ ਕਿਵੇਂ ਬੋਲਦੇ ਹਨ ਰਜ਼ੀ ਅੱਲਾਹ ਤਾਲਾ, ਉਮਰ ਫਾਰੂਕ ਕਿਤਨੇ ਜਜ਼ਬਾਤੀ ਹਨ ਪਰ ਖਿਤਾਬ ਕਿਵੇਂ ਕਰਦੇ ਹਨ। ਅੱਲਾਹ ਤਾਲਾ ਸਾਨੂੰ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਣ ਤੋਫੀਕ ਦੇਵੇ। ਤਰਾਏ ਚਾਰ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ, ਸਾਰੀ ਤਕਰੀਰ ਤਾਂ ਤੁਹਾਡੇ ਯਾਦ ਹੀ ਨਹੀਂ ਰਹੀ ਹੋਣੀ। ਨੰਬਰ 1, ਹੈਲੋ ਨਾ ਆਖਿਆ ਕਰੋ, ਅਸਲਾਮ ਵਾਲੇਕੁਮ ਆਖੋ, ਵੁਜ਼ੂ ਕਰਕੇ ਵੀ ਹੈਲੋ ਆਖੋ ਨਾ ਤਾਂ ਇੱਕ ਨੇਕੀ ਵੀ ਨਹੀਂ ਮਿਲਣੀ। ਬਗੈਰ ਵੁਜ਼ੂ ਦੇ ਅਸਲਾਮ ਵਾਲੇਕੁਮ ਆਖੋ ਤਾਂ 10 ਨੇਕੀਆਂ। ਦਿਲ 'ਚ ਵਾਅਦਾ ਕਰ ਲਓ ਕਿ ਅਸਾਂ ਕੋਸ਼ਿਸ਼ ਕਰਨੀ, ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰੋਗੇ। ਇਹ ਸਾਨੂੰ ਕਹਾਂ ਲਾਇਆ ਇਸ ਪਾਸੇ, ਅਕਬਰ ਬਾਦਸ਼ਾਹ ਦੇ ਵਕਤ ਅਸਲਾਮ ਵਾਲੇਕੁਮ ਛਡਾਇਆ ਗਿਆ, ਉਹ ਤਾਂ ਫੈਜ਼ੀ ਅਤੇ ਫੈਜ਼ੀ ਛਡਾਇਆ। ਜਿਹੜਾ ਅਸਲਾਮ ਵਾਲੇਕੁਮ ਆਖਿਆ ਨਾ ਉਹ ਆਖੇ ਅੱਲਾਹੁ ਅਕਬਰ, ਜਿਹੜਾ ਅਗੂ ਵਾਲੇਕੁਮ ਸਲਾਮ ਉਹ ਅਗੂ ਆਖੇ ਜੱਲੇ ਜਲਾਲਹੁ। ਇਹ ਜਲਾਲਉਦੀਨ ਅਕਬਰੋਂ ਦਾ ਨਾਂ ਹਾ ਬਾਦਸ਼ਾਹ ਦਾ। ਇਹ ਗੁੜ ਵਿੱਚ ਜ਼ਹਿਰ ਦੇ ਕੇ ਸਾਨੂੰ ਖਵਾਉਣ ਲੱਗੇ, ਕਾਫੀ ਮੁਸਲਮਾਨ ਲੱਗ ਗਏ, ਫਿਰ ਮੁਜੱਦਦ ਮੁਨੱਵਰ ਸਾਨੀ ਮੈਦਾਨ 'ਚ ਆ ਗਏ। ਉਹਨਾਂ ਆਖਿਆ ਵੀ ਅਸਾਂ ਇਹ ਕੰਮ ਕੋਈ ਨਹੀਂ ਕਰਨਾ, ਅਸਾਂ ਉਹ ਕਰਨਾ ਜਿਹੜਾ ਸਾਡਾ ਨਬੀ ਦੱਸ ਗਿਆ ਸਾਨੂੰ। ਹੁਣ ਸਾਨੂੰ ਦੱਸੋ ਕਿਹੜਾ ਫੈਜ਼ੀ ਫੈਜ਼ੀ ਦੱਸ ਗਿਆ, ਤੂੰ ਤਾਂ ਅੱਗੇ ਕਾਲਾ ਬੈਠਾ। ਇਸਲਾਮ ਸੱਚਾ ਮਜ਼ਹਬ ਹੈ, ਜਿਹੜੇ ਨਹੀਂ ਮੰਨਦੇ ਉਹ ਵੀ ਮੰਨਣ ਲੱਗ ਪਏ ਨੇ, ਹੌਲੀ ਹੌਲੀ ਆ ਰਹੇ ਨੇ। ਪਰ ਜਦੋਂ ਅੱਗੋਂ ਆਣ ਕੇ ਸਾਡੀ ਹਾਲਤ ਵੇਖਦੇ ਨੇ, ਇੱਕ ਲੜਕਾ ਸ਼ੌਕਤ ਅਲੀ ਹੁੰਦਾ ਨਾਂ ਹਾ, ਅਮਰੀਕਾ ਦਾ ਮੁਸਲਮਾਨ ਹੋਇਆ, ਜਿਸ ਉਹ ਮਸੀਤ 'ਤੇ ਆਇਆ ਅਤੇ ਲੋਟਿਆਂ ਜ਼ੰਜੀਰਾਂ ਬੰਨੀਆਂ ਆਈਆਂ। ਉਸ ਪੁੱਛਿਆ ਇਹ ਕਿਉਂ ਬੰਨੀਆਂ ਆਈਆਂ, ਆਖੇ ਇੱਥੋਂ ਬੰਦੇ ਲੈ ਜਾਂਦੇ ਨੇ। ਉਸ ਆਖਿਆ ਕੋਈ ਈਸਾਈ ਇੱਥੇ ਰਹਿੰਦੇ, ਹਿੰਦੂ ਰਹਿੰਦੇ ਨੇ? ਆਖੇ ਨਹੀਂ ਜੀ ਮੁਸਲਮਾਨ ਨੇ। ਤੁਹਾਡਾ ਇਤਨਾ ਯਕੀਨ ਵੀ ਨਹੀਂ ਵੀ ਅੱਲਾਹ ਆਪੇ ਹਿਫਾਜ਼ਤ ਕਰ ਸੀ, ਜ਼ੰਜੀਰ ਟੁੱਟੇਗੀ ਨਹੀਂ ਉਹਦੇ ਕੋਲ? ਉਹ ਐਕਸੀਡੈਂਟ ਹੁੰਦਾ ਹੋ ਗਿਆ। ਜਿਹੜੇ ਮੁਸਲਮਾਨ ਹਸਪਤਾਲ 'ਚ ਲੈ ਜਾਵੇ, ਇਹਨਾਂ ਦਾ ਰਵੱਈਆ ਤਾਂ ਤੁਹਾਨੂੰ ਪਤਾ ਹੀ, ਇਹ ਤਵੱਜੋ ਨਾਲ ਗੱਲ ਸੁਣਦੇ ਨੇ ਮਰੀਜ਼ ਦੇ। ਮਾਂ ਦਾ ਬੱਚਾ ਤੜਫਦਾ ਪਿਆ ਹੁੰਦਾ, ਉਹ ਬਾਰ ਬਾਰ ਜਾਂਦੀ ਹੈ, ਇਹ ਅੱਗੂ ਡਾਂਟ ਦਿੰਦੇ ਨੇ, ਮੈਂ ਕੀ ਹੁਣ ਬਹਿ ਜਾ ਵੇਖ ਲੈਂਦੇ ਹਾਂ। ਇਹ ਤਾਂ ਮਾਂ ਨੂੰ ਪੁੱਛਿਆ ਨਾ ਵੀ ਕੀ ਹੈ। ਉਹ ਮੁੜਦੇ ਇਸ ਵੇਲੇ ਈਸਾਈਆਂ ਦੇ ਹਸਪਤਾਲ 'ਚ ਲੈ ਗਏ ਨਾ, ਉਹ ਸਾਰੇ ਉੱਠ ਖੜੇ ਹੋ ਗਏ, ਇਨਸਾਨੀ ਜਾਨ ਖਤਰੇ 'ਚ, ਇਨਸਾਨੀ ਜਾਨ ਖਤਰੇ 'ਚ। ਉਹ ਮੁੜ ਕੇ ਈਸਾਈ ਹੋ ਗਏ। ਉਸ ਆਖਿਆ ਤੁਹਾਡਾ ਪੜ੍ਹਨ ਵਾਸਤੇ ਕੁਰਾਨ ਹੈ, ਅਮਲ ਵਾਸਤੇ ਕੋਈ ਨਹੀਂ। ਆ ਵੇਖੋ ਨਾ ਜਿਹੜੀਆਂ ਤੁਹਾਡੇ ਕੁਰਾਨ 'ਚ ਗੱਲਾਂ ਲਿਖੀਆਂ ਗਈਆਂ ਨੇ ਉਹ ਗੈਰ ਅਪਣਾਉਂਦੇ ਪਏ ਨੇ, ਅਤੇ ਤੁਸੀਂ ਆਪ ਅਪਣਾਉਂਦੇ ਕੋਈ ਨਹੀਂ। 4000 ਲਿਆ ਅਤੇ ਤਾਂ ਮਰੀਜ਼ ਵੇਖਣਾ, ਕਿਤਨਾ ਖਰਚਾ ਆਉਂਦਾ ਵੇਖਣ 'ਤੇ? ਉਹ ਕੋਈ ਜਵਾਬ ਦਿੰਦੇ ਨੇ ਕਰੂਨ ਨਾਲ, ਜਿਵੇਂ ਕਰੂਨ ਮੁਨਕਰ ਹੈ ਨਾ ਜ਼ਕਾਤ ਦਾ। ਉਸ ਆਖੇ ਮੈਂ ਮਿਹਨਤ ਕਰਨਾ, ਮੇਰਾ ਖਰਚਾ ਹੁੰਦਾ, ਇਹ ਵੀ ਅੱਗੇ ਜਾਂਦੇ ਨੇ ਅਸਾਂ ਖਰਚਾ ਕੀਤੇ ਹੋਏ।
ਅਸਾਂ ਮਿਹਨਤ ਕਰਨੀ ਹੈ। ਅੱਲਾਹ ਦੇ ਬੰਦੇ ਆ, ਜੇ ਤੂੰ ਕਿਸੇ ਗਰੀਬ ਘਰ ਦੇ ਘਰ ਪੈਦਾ ਹੁੰਦਾ, ਤੇਰੇ ਪਿਓ ਕੋਲ ਗੁੰਜਾਇਸ਼ ਹੀ ਨਾ ਹੁੰਦੀ ਤੈਨੂੰ ਪੜ੍ਹਾਵਣ ਦੀ, ਇਹ ਅੱਲਾਹ ਦਾ ਕੋਈ ਅਹਿਸਾਨ ਨਹੀਂ। ਉਹਦੀ ਮਖਲੂਕ ਨੂੰ ਤੰਗ ਕਰਨਾ ਜਾਂ ਤੈਨੂੰ ਡਾਕਟਰ ਬਣਾਇਆ, ਇੱਕ ਡਾਕਟਰ ਦੇ ਕੋਲ ਹਸਪਤਾਲ ਦੇ ਬੂਹ ਹੈਗੇ, ਐਕਸੀਡੈਂਟ ਹੋ ਗਿਆ, ਬੰਦੇ ਚੁੱਕ ਕੇ ਲੈ ਗਏ ਉਹਨੇ ਬੱਚੇ ਨੂੰ, ਡਾਕਟਰ ਅੱਗੋਂ ਆਖੇ 4000 ਮੇਰੀ ਫੀਸ ਹੈ, ਉਹ ਮੈਨੂੰ ਦਿਓ ਚਾ ਫਿਰ ਮੈਂ ਵੇਖਣਾ। ਇਹਨਾਂ ਬੰਦਿਆਂ ਆਖਿਆ ਜੀ ਸਾਡਾ ਬੱਚਾ ਨੇ, ਇਹਦੇ ਵਾਰਸ ਹੋ ਸਨ, ਅਸੀਂ ਤੈਨੂੰ ਪੈਸੇ ਲੈ ਦੇ ਸਾਂ, ਐਸਾ ਕਰਨੇ ਮੈਨੂੰ ਪਹਿਲੇ ਦਿਓ, ਤੁਸੀਂ ਲੈ ਲੈ ਲਿਆ ਉਹਦੇ। ਉਹ ਪੈਸੇ ਇਕੱਠੇ ਕਰਨ ਲੱਗ ਪਏ, ਉਹ ਬੱਚਾ ਫੌਤ ਹੋ ਗਿਆ। ਇਹ ਪੈਸੇ ਲੈ ਕੇ ਤਾਂ ਫਿਰ ਆਇਆ, ਅਗਾਂ ਆਇਆ ਤਾਂ ਉਹ ਬੱਚਾ ਉਹਦੇ ਉਸੇ ਡਾਕਟਰ ਦਾ ਹੀ, ਆਪ ਫਿਰ ਪਾਗਲ ਹੋ, ਖੁਦਾ ਦੀ ਲੜਤੀ ਬੇਆਵਾਜ਼, ਗਵਾਂਢੀਆਂ ਨਾਲ ਅੱਛਾ ਸਲੂਕ ਕਰੋ, ਜਿਨ੍ਹਾਂ ਦਾ ਮਾਂ ਬਾਪ ਜ਼ਿੰਦਾ ਹੈ, ਪਿਓ ਨੂੰ ਦਬਾ ਕੇ ਸੁੱਤੇ ਕਰੋ। ਕਦੇ ਕਦੇ ਉਹਨੂੰ ਪੁੱਛ ਲਿਆ ਕਰ, ਅੱਬਾ ਕਿਸੇ ਸ਼ਹਿਰ ਕਰਨ ਦੇ ਲਿਆ ਤਾਂ ਮੈਂ ਲਈ ਆ, 99% ਉਹ ਤੈਨੂੰ ਆਖੇਗਾ ਪੁੱਤਰ ਤੇਰੇ ਨਿੱਕੇ ਨਿੱਕੇ ਬੱਚੇ ਨੇ, ਤੂੰ ਤੇਰਾ ਅਖਬਾਰੇ ਕਿਵੇਂ ਗੁਜ਼ਾਰਾ ਪਿਆ ਹੁੰਦਾ ਹੈ, ਰਾਣ ਰਾਜੀ ਤਾਂ ਹੋ ਗਿਆ ਨਾ, ਅਤੇ ਜੇ ਤੂੰ ਲੁਕਾ ਕੇ ਲਿਜਾਮ ਉਸ ਰਾਜੀ ਹੋਣਾ। ਮਾਂ ਜਿਹਨੂੰ ਵੇਖਣਾ ਕਬੂਲ ਹਜ ਦਾ ਸਵਾਬ ਹੈ, ਦਿਹਾੜੀ ਵਿੱਚ ਕਿਤਨੀ ਵਾਰੀ ਵੇਖੋ ਉਹ ਤਾਂ ਹਜ, ਉਹਦੇ ਕੋਲੋਂ ਸੇਬ ਅੰਬ ਫਰੂਟ ਜਿਹੜਾ ਵੀ ਹੈ ਨਾ, ਮਾਂ ਕੋਲੋਂ ਲੁਕਾ ਕੇ ਅਗਾਂ ਬੀਵੀ ਕੋਲ ਲੈ ਜਾਂਦਾ, ਉਹ ਵਹਿੰਦੀ ਤਾਂ ਪਈ ਹੈ, ਉਹ ਵਰਨੀ ਥੋੜ੍ਹੀ ਜਿਹੀ, ਅਤੇ ਜੇ ਬਲਾ ਜ਼ਾਹਰ ਵੀ ਲੈ ਜਾਵੇ ਤਾਂ ਉਸ ਤੇਰੇ ਕੋਲ ਖੋਹ ਲੈਣੇ, ਤੂੰ ਆਪਣੀ ਔਕਾਤ ਜ਼ਾਹਿਰ ਕਰ ਛੱਡੀ। ਮਾਂ ਅਤੇ ਬੀਵੀ ਦੀ ਤੂੰ ਆਪਸ ਅੰਦਰ ਕਸ਼ਮਕਸ਼ ਪਾ ਛੱਡੀ, ਤੂੰ ਜਾ ਕੇ ਦਿੰਦਾ ਮਾਂ ਨੂੰ ਅਤੇ ਤੂੰ ਨਾ ਵੀ ਆਉਂਦਾ ਵੀ ਮੇਰੀ ਬੀਵੀ ਨੂੰ ਦੇ, ਉਸ ਤੇਰੀ ਬੀਵੀ ਨੂੰ ਦੇਣਾ, ਆਪ ਖਰੇ ਖਾਵੇ ਆ ਕੇ ਨਹੀਂ, ਅਤੇ ਤੇਰੇ ਪੁੱਤਰਾਂ ਦੀਆਂ ਨੂੰ ਉਸ ਦੇ ਛੱਡਣਾ, ਮੁੜ ਨੂੰਹ ਦਾ ਅਤੇ ਸੱਸ ਦਾ ਪਿਆਰ ਰਵੇ ਆ ਕੇ ਨਹੀਂ ਰਵੇ, ਅਤੇ ਨੂੰਹ ਤਾਂ ਕੋਈ ਨਹੀਂ ਦੇਣਾ ਮਾਂ ਨੂੰ ਤੇਰੇ ਨੂੰ, ਉਹਦੀ ਉਮਰ ਹੀ ਥੋੜ੍ਹੀ ਹੈ ਜੇ, ਉਹ ਨਹੀਂ ਸਮਝ ਜਾਂਦੀ ਇਸ ਵਾਰ, ਤੂੰ ਹੀ ਸਮਝ ਜਾਣੀ ਆਈ, ਤੂੰ ਆਪ ਗਲਤ ਹੋ ਗਿਆ। ਇੱਕ ਬੰਦਾ ਮੈਨੂੰ ਮਿਲਿਆ, ਉਹਨਾਂ ਦੇ ਪਿੰਡ ਮੈਂ ਗਿਆ, ਉਸ ਮੈਨੂੰ ਆਖਿਆ ਜੀ ਮੇਰਾ ਪੁੱਤਰ ਮੈਨੂੰ ਇੱਟਾਂ ਨਾਲ ਮਾਰਦਾ ਹੈ, ਆ ਪੱਕੀਆਂ ਇੱਟਾਂ ਨਾਲ, ਅਤੇ ਇੱਥੇ ਨਾ ਪਿੰਡ 'ਚ ਇਹ ਮਸਲਾ ਕਰੇ, ਉਸ ਮੈਨੂੰ ਫਿਰ ਮਾਰਨਾ। ਕਿਹੜਾ ਬਦਨਸੀਬ ਉਹ ਬੰਦਾ ਹੈ ਜਿਹਦੇ ਕੋਲੋਂ ਉਹਦਾ ਬਾਪ ਡਰਦਾ ਪਿਆ, ਉਸ ਤੇਰੇ ਨਾਲ ਜੰਮਿਆ, ਉਸ ਤੇਰੇ ਨਾਲ ਕਿੱਡਾ ਪਿਆਰ ਕੀਤਾ, ਥੱਕ ਕੇ ਆਉਂਦਾ ਬੋਰੀ ਦਾ ਕੰਮ ਕਰਕੇ, ਤੈਨੂੰ ਵੇਖ ਲੈਂਦਾ ਚੁੱਕ ਲੈਂਦਾ, ਉਹਦੀ ਥਕਾਵਟ ਦੂਰ ਹੋ ਜਾਂਦੀ ਹੈ। ਤੈਨੂੰ ਪਤਾ ਉਸ ਲੱਗਣਾ ਜਿਸ ਤੇਰੇ ਕੋਲ ਪੁੱਤਰ ਹੋਏ, ਫਿਰ ਤੈਨੂੰ ਪਤਾ ਲੱਗਣਾ ਕਿੱਡੇ ਪਿਆਰੇ ਲੱਗਦੇ, ਤੂੰ ਵੀ ਉਹਨਾਂ ਨੂੰ ਇੰਝ ਪਿਆਰਾ ਲੱਗਣਾ। ਇੱਕ DSP ਉਹਦਾ ਪੁੱਤਰ ਗਲਤ ਕੰਮ ਕਰਦਾ, ਉਹ ਉਹਨੂੰ ਬੜਾ ਸਮਝਾਉਂਦਾ, ਉਹ ਨੇਕ ਬੰਦਾ, ਆਖਰ ਉਹ ਪਕੜਿਆ ਗਿਆ। ਫਿਰ ਉਹਦੀ ਬੀਵੀ ਉਹਦਾ ਬੱਚਾ ਨਿੱਕਾ ਲੈ ਗਏ, ਉਹਨੂੰ ਹੱਥ ਕੜੀ ਵੱਜੀ ਹੋਈ, ਅਤੇ ਹੁਣ ਆਪਣੇ ਪੁੱਤਰ ਨੂੰ ਮਿਲਦਾ ਪਿਆ, ਕੜੀ ਲੱਗੀ ਹੋਈ ਸੀ, ਔਖਾ ਹੋ ਕੇ ਮਿਲਦਾ ਪਿਆ। ਉਹ DSP ਰੋਂਦਾ ਆਇਆ, ਉਸ ਆਖਿਆ ਕੰਜਰਾ
ਮੈਨੂੰ ਤੂੰ ਵੀ ਇੰਝ ਹੀ ਪਿਆਰਾ ਲੱਗਦਾ। ਜਿਹੜੇ ਮਾਂ ਬਾਪ ਨੂੰ ਖਫਾ ਰੰਦੇ ਹੋ, ਬੀਵੀਆਂ ਨਾਲ ਖਫਾ ਰੰਦੇ, ਕੀ ਕੱਢੂ ਵਿੱਚ, ਅੱਛੇ ਇਨਸਾਨ ਬਣੋ। ਇਤਨੇ ਲੋਕ ਰੋਵਣ, ਇਤਨੇ ਰੋਵਣ ਕਿ ਉਹਨਾਂ ਦੇ ਅਥਰੂਆਂ ਨਾਲ ਹੀ ਤੇਰੇ ਗੁਨਾਹ ਧੁੱਲ ਜਾ। ਦੁਨੀਆਂ ਦੇ ਵਿੱਚ ਰੱਖ ਫਕੀਰ ਆ ਐਸਾ ਬਹਿਣ ਖਲੋਣ, ਜੇ ਆਵੇਂ ਤਾਂ ਹੱਸਣ ਲੋਕ, ਤੁਰ ਜਾਵੇਂ ਤਰੋਂ। ਸਾਰਿਆਂ ਵਾਸਤੇ ਦੁਆ ਹੈ, ਅੱਲਾ ਦੀ ਜ਼ਾਤ ਮੈਨੂੰ ਵੀ ਜ਼ਿਕਰ ਦੀ ਤੋਫੀਕ ਦੇਵੇ, ਤੁਹਾਨੂੰ ਵੀ। ਅੱਲਾ ਤਾਲਾ ਹਰ ਇੱਕ ਦੀਆਂ ਪਰੇਸ਼ਾਨੀਆਂ ਦੂਰ ਫਰਮਾਵੇ, ਬੇਨਿਮਾਜ਼ੀਆਂ ਨੂੰ ਅੱਲਾ ਤਾਲਾ ਨਿਮਾਜ਼ੀ ਬਣਾਵੇ, ਸਾੜੀਆਂ ਨਿਮਾਜ਼ਾਂ ਟੁੱਟੀਆਂ ਫੁੱਟੀਆਂ ਕਬੂਲ ਫਰਮਾਵੇ। ਅੱਲਾ ਦੀ ਜ਼ਾਤ ਬੇ ਔਲਾਦਿਆਂ ਨੂੰ ਨਰੀਨਾ ਔਲਾਦ ਸਾਹਿਬ, ਜਿਨ੍ਹਾਂ ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ, ਖੁਦਾਵੰਦ ਕਰੀਮ ਉਹਨਾਂ ਦੇ ਚੰਗੇ ਸਬੱਬ ਬਣਾਵੇ। ਪਾਕਿਸਤਾਨ ਦੀ ਖੁਦਾ ਹਿਫਾਜ਼ਤ ਫਰਮਾਵੇ, ਮੁਸਲਮਾਨਾਂ ਦਾ ਇਤਫਾਕ ਫਰਮਾਵੇ। ਬੇਰਹਿਮਤ ਕਾ ਯਾ